ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੁ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਕੌਣ ਅਰੈ ਸਤਿਗੁਰ ਕੈ ਆਗੈ ਅਮਰ ਅਮਰੈ ਅਚਲ ਸੋ ਚਲ ਜਾਏ
ਬਾਢ ਥਾ ਕੋ ਥਾਹ ਦੇਤ ਕਰ ਮਹਾਬਲੀ ਤਤ ਸ਼ਿਨ ਨਿਬਲੈ ਕੌਣ ਅਰੈ ਸਤਿਗੁਰ ਕੇ ਆਗੈ। ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਵਿਚਾਰ ਕਰੀਏ। ਭਗਤ ਕਾਨਾ ਜੀ ਆਪਣੇ ਹੰਕਾਰ ਕਰਕੇ ਮਾਰੇ ਗਏ ਹਨ। ਸਤਿਗੁਰੂ ਜੀ ਦਾ ਜਿਹੜਾ ਬਚਨ ਸੀ ਉਹ ਪੂਰਾ ਹੋਇਆ। ਇੱਥੇ ਤਿੰਨ ਭਗਤ ਜਿਨ੍ਹਾਂ ਨਿਮਰਤਾ ਧਾਰਨ ਕਰਕੇ ਰੱਖੀ ਉਹ ਸਹੀ ਸਲਾਮਤ ਲਾਹੌਰ ਪਹੁੰਚੇ ਤੇ ਭਗਤ ਕਾਨੇ ਦੀ ਮੌਤ ਹੋਈ ਰਸਤੇ ਦੇ ਵਿੱਚ। ਰੱਥ ਦਾ ਪਹੀਆ ਉਹਦੇ ਸੀਸ ਥਾਣੀ ਸਿਰ ਥਾਣੀ ਲੰਘ ਗਿਆ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਜੀ ਦੇ ਬਚਨਾਂ ਦੀ ਤਾਕਤ ਤਿੰਨ ਭਗਤ ਮਹਾਂਕਵੀ ਜਾਂ ਸੰਗਤਾਂ ਦਰਸਾਉਂਦੀਆਂ ਨੇ, ਆਓ ਬੜੇ ਪ੍ਰੇਮ ਦੇ ਨਾਲ ਇਸ ਪ੍ਰਸੰਗ ਨੂੰ ਸ਼੍ਰਵਣ ਕਰਨ ਦਾ ਯਤਨ ਕਰੀਏ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਅਰੈ ਸਤਿਗੁਰ ਕੇ ਆਗੈ, ਅਮਰ ਮਰੈ ਅਚਲ ਸੋ ਚਲ ਜਾਏ। ਗੁਰੂ ਦੇ ਅੱਗੇ ਕੌਣ ਅੜ ਸਕਦਾ ਹੈ? ਜੇ ਕੋਈ ਅਮਰ ਹੋਵੇ ਉਹਨੂੰ ਮਰਨਾ ਪੈ ਸਕਦਾ ਜੇ ਗੁਰੂ ਨਾਲ ਅੜ ਗਿਆ। ਜੇ ਕੋਈ ਅਚਲ ਹੋਵੇ ਉਹ ਚੱਲਣ ਲੱਗ ਪਵੇਗਾ, ਜਿਵੇਂ ਪਹਾੜ ਅਚਲ ਨੇ, ਚੱਲ ਨਹੀਂ ਸਕਦੇ, ਆਪਣੀ ਥਾਂ ਤੋਂ ਹਿੱਲ ਨਹੀਂ ਸਕਦੇ, ਛੱਡ ਨਹੀਂ ਸਕਦੇ, ਉਹ ਵੀ ਚਲਾਏਮਾਨ ਹੋ ਸਕਦੇ ਨੇ। ਏਡੀ ਵੱਡੀ ਤਾਕਤ ਗੁਰੂ ਦੇ ਬਚਨਾਂ ਦੇ ਵਿੱਚ ਹੁੰਦੀ ਹੈ। ਬੜ ਅਥਾਹ ਕੋ ਥਾਹ ਦੇਤ ਕਰ ਮਹਾਬਲੀ ਤਤ ਸ਼ਿਨ ਬੇ ਨਿਬਲਾਏ। ਜਿੱਥੇ ਅਥਾਹ ਹੋਵੇ ਉੱਥੇ ਗੁਰੂ ਪਰਮੇਸ਼ਰ ਥਾਹ ਕਰ ਦਿੰਦਾ ਹੈ, ਪਹੁੰਚ ਕਰ ਦਿੰਦਾ ਹੈ। ਡੂੰਘੀਆਂ ਥਾਵਾਂ ਹੋਣ, ਦਰਿਆ ਵਗਦੇ ਹੋਣ, ਉੱਥੇ ਸੁੱਕੇ ਥਾਂ ਬਣ ਜਾਂਦੇ ਨੇ, ਟਿੱਬੇ ਬਣ ਜਾਂਦੇ ਨੇ। ਮਹਾਬਲੀ ਤਤ ਸ਼ਿਨ ਨਿਰਬਲਾਏ ਤੇ ਜੇ ਕੋਈ ਬੜੇ ਬਲ ਵਾਲੇ ਹੋਣ, ਤਾਕਤ ਵਾਲੇ ਹੋਣ, ਗੁਰੂ ਦੇ ਬਚਨ ਦੀ ਇੰਨੀ ਤਾਕਤ ਹੈ ਕਿ ਉਹਨਾਂ ਦਾ ਬਲ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਉਹ ਨਿਰਬਲ ਹੋ ਜਾਂਦੇ ਨੇ ਗੁਰੂ ਦੇ ਬਚਨ ਅੱਗੇ। ਮੇਰ ਬਡਾਈ ਰਾਏ ਠਾਣਤ ਪਾਤਸ਼ਾਹ ਕੋ ਰੰਕ ਬਣਾਏ। ਗੁਰੂ ਦੇ ਬਚਨ ਦੀ ਕਿੰਨੀ ਤਾਕਤ ਹੈ, ਇਹ ਸਵਈਆ ਮੇਰੇ ਹਿਸਾਬ ਨਾਲ ਬੜਾ ਕਮਾਲ ਦਾ ਹੈ।
ਸੁਮੇਰ ਪਰਬਤ ਨੂੰ ਰਾਈ ਬਣਾ ਦੇ, ਰਾਈ ਕਿੱਡੀ ਛੋਟੀ ਨਿੱਕਾ ਜਿਹਾ ਕਿਣਕਾ ਕਹਿ ਲਓ ਦਾਣਾ ਕਹਿ ਲਓ, ਸੁਮੇਰ ਪਰਬਤ ਰਾਈ ਵਰਗਾ ਬਣ ਜੇ, ਬਣਾ ਸਕਦਾ ਹੈ ਸਤਿਗੁਰੂ। ਤੇ ਜਿਹੜੇ ਬਾਦਸ਼ਾਹ ਹਨ ਉਹਨਾਂ ਨੂੰ ਕੰਗਾਲ ਕਰ ਸਕਦਾ ਹੈ। ਮਹਾਸੂਰਮਾ ਕਾਇਰ ਹੋਵੇ ਗੁਰ ਇਸ ਕਣਕ ਜੇ ਦ੍ਰਿਸ਼ਟ ਚਲਾਏ। ਤੇ ਜੇ ਕੋਈ ਬੜਾ ਵੱਡਾ ਸੂਰਮਾ ਹੋਵੇ ਉਹ ਕਾਇਰ ਬੁਜ਼ਦਿਲ ਹੋ ਜਾਵੇਗਾ। ਜੇ ਕਿਤੇ ਗੁਰੂ ਸਾਹਿਬ ਵੀਰ ਰਸ ਦੇ ਵਿੱਚ ਉਹਦੇ ਵੱਲ ਵੇਖ ਵੀ ਲੈਣ ਨਿਗਾਹ ਭਰ ਕੇ, ਇੰਨੀ ਤਾਕਤ ਸਤਿਗੁਰਾਂ ਦੀ ਨਿਗਾਹ ਦੇ ਵਿੱਚ ਦੱਸੀ ਗਈ ਹੈ। ਇਮ ਬਿਰਤਾਂਤ ਪਾਚਾਰੁਣ ਭਗਤਨ ਇੱਥੇ ਸ੍ਰੀ ਗੁਰੂ ਗ੍ਰੰਥ ਲਿਖਾਏ। ਇੱਥੋਂ ਤੱਕ ਚਾਰ ਭਗਤਾਂ ਦਾ ਪ੍ਰਸੰਗ ਤੁਸੀਂ ਸੁਣ ਚੁੱਕੇ ਹੋ। ਇੱਥੋਂ ਤੱਕ ਕਥਾ ਚੱਲ ਰਹੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਜਾ ਰਹੀ ਹੈ। ਗੁਰਬਾਣੀ ਵਿੱਚ ਵੀ ਗੁਰੂ ਦੇ ਬਚਨ ਦੀ ਮਹਿਮਾ ਦੱਸੀ ਹੈ, ਉੱਥੇ ਸ਼ਬਦ ਵਰਤਿਆ ਸਾਧਾ। ਆਪ ਜੀ ਇੱਕ ਸ਼ਬਦ ਪੜ੍ਹਦੇ ਹੋ ਕਿ ਮਾਈ ਸੱਤ 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 ਹਰ, ਸੱਤ 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 ਸਾਧਾ, ਤਿੰਨ ਵਾਰੀ ਰੱਬ ਨੂੰ ਸੱਚ ਗਿਆ ਤਿੰਨ ਵਾਰੀ, ਤੇ ਤਿੰਨੇ ਵਾਰੀ ਰੱਬ ਦਾ ਨਾਮ ਜਪਣ ਵਾਲਾ ਸਾਧਨਾ ਕਰਨ ਵਾਲਾ ਜਿਹੜਾ ਸਾਧ ਹੈ ਉਹਨੂੰ ਵੀ ਤਿੰਨੇ ਵਾਰੀ ਕਿਹਾ ਵੀ ਉਹ ਵੀ ਸੱਚਾ ਹੈ, ਉਹ ਵੀ ਸੱਚਾ ਹੈ ਤੇ ਸੱਚਾ ਹੀ ਰਹੇਗਾ। ਅੱਗੇ ਬਚਨ ਆਉਂਦੇ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਂਕ ਗਾਠਰੀ ਵੱਧ। ਕਮਾਲ ਦੀ ਵਿਆਖਿਆ ਸ਼ਬਦ ਦੀ, ਨਿਸ ਬਾਸੁਰ ਨਖਿਅਤਰ ਬਨਾਸੀ ਰਵ ਸਸੀਅਰ ਬੇਨਦ। ਨਿਸ ਕਹੀਦੇ ਰਾਤ ਨੂੰ, ਬਾਸੁਰ ਕਹੀਦੇ ਦਿਨ ਨੂੰ। ਰਾਤ ਦਿਨ ਖਤਮ ਹੋ ਸਕਦੇ ਨੇ, ਸੂਰਜ ਠੰਡਾ ਪੈ ਸਕਦਾ ਹੈ, ਚੰਦਰਮਾ ਖਤਮ ਹੋ ਸਕਦਾ ਹੈ। ਕਮਾਲ ਦੀ ਗੱਲ ਹੈ, ਨਿਸ ਬਾਸੁਰ ਨਖਿਅਤਰ ਤਾਰੇ ਇਹ ਵੀ ਆਪਣਾ ਥਾਂ ਛੱਡ ਕੇ ਡਿੱਗ ਸਕਦੇ ਨੇ, ਖਤਮ ਹੋ ਸਕਦੇ ਨੇ। ਹੋਰ ਕੀ ਖਤਮ ਹੋ ਸਕਦਾ ਜੀ, ਜਿਹੜਾ ਹੋ ਹੀ ਨਹੀਂ ਸਕਦਾ ਖਤਮ। ਹੁਣ ਸੂਰਜ ਥੋੜੀ ਖਤਮ ਹੋ ਸਕਦਾ, ਵੈਸੇ ਸਾਇੰਸ ਕਹਿੰਦੀ ਇੱਕ ਦਿਨ ਸਮਾਂ ਆਵੇਗਾ ਠੰਡਾ ਹੋ ਰਿਹਾ ਵਾ, ਪਰ ਅੱਜ ਨਹੀਂ, ਪਤਾ ਨਹੀਂ ਕਰੋੜਾਂ ਅਰਬਾਂ ਸਾਲ ਦੀ ਗੱਲ ਹੈ, ਰੱਬ ਜਾਣੇ। ਗਿਰ ਬਸੁਦਾ ਜਲ ਪਵਨ ਜਾਏਗੋ, ਪਹਾੜ ਖਤਮ ਹੋ ਸਕਦੇ ਨੇ, ਧਰਤੀ ਖਤਮ ਹੋ ਸਕਦੀ ਹੈ, ਪਾਣੀ ਸੁੱਕ ਸਕਦਾ ਹੈ, ਹਵਾ ਖਤਮ ਹੋ ਸਕਦੀ ਹੈ, ਪਰ ਇੱਕ ਚੀਜ਼ ਖਤਮ ਨਹੀਂ ਹੋ ਸਕਦੀ ਸੱਜਣਾ, ਕੀ ਇੱਕ ਸਾਧ ਬਚਨ ਅਟਲਾਦਾ, ਇੱਕ ਸਾਧੂ ਦਾ ਬਚਨ ਅਟਲ ਰਹੇਗਾ। ਅੰਡ ਬਨਾਸੀ ਜੇਰ ਬਨਾਸੀ ਉਤ ਭੁਜ ਸੇਤ ਬਿਨਾਦਾ, ਚਾਰ ਬਨਾਸੀ ਖਟਹ ਬਨਾਸੀ ਇੱਕ ਸਾਧ ਬਚਨ ਨਿਹ ਚਲਾਦਾ।
ਜਾਂ ਇੱਕ ਸ਼ਬਦ ਤੁਸੀਂ ਸੁਣਿਆ ਹੋਵੇਗਾ ਵੀ ਹੇ ਸੱਚੇ ਪਾਤਸ਼ਾਹ, ਮੈਨੂੰ ਤੇਰੀ ਗੱਤ ਮਿੱਤ ਦਾ ਕੋਈ ਪਤਾ ਨਹੀਂ, ਤੂੰ ਕੀ ਕਰਨਾ ਵਾ, ਪਰ ਮੈਂ ਫੇਰ ਵੀ ਜਿੱਥੇ ਤੇਰੇ ਤੋਂ ਭੈ ਮੰਨਦਾ ਉੱਥੇ ਤੇਰੇ ਪਿਆਰੇ ਸੰਤਾਂ ਤੋਂ ਵੀ ਭੈ ਮੰਨਦਾ, ਤੇ ਤੇਰੇ ਸੰਤਾਂ ਅੱਗੇ ਹੱਥ ਜੋੜ ਕੇ ਮੈਂ ਖੜਦਾ ਵਾਂ, ਉਹਨਾਂ ਦਾ ਸੇਵਕ ਬਣਦਾ ਵਾਂ। ਤੇਰੀ ਤੇ ਤੇਰੇ ਪਿਆਰਿਆਂ ਦੀ ਤਾਕਤ ਏਡੀ ਵੱਡੀ ਹੈ, ਪਵਿੱਤਰ ਸ਼ਬਦ ਹੈ ਰਾਜਾ ਸ੍ਰਿਮ, ਮਿੱਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਹੱਸ ਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬੱਸੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਿਰਾਵੇ। ਇਹਦੀ ਵਿਆਖਿਆ ਇਸ ਸਵਈਏ ਚ ਮਹਾਂਕਵੀ ਨੇ ਸਾਰੀ ਲਿਖੀ, ਇਹਨਾਂ ਸ਼ਬਦਾਂ ਦੀ ਵਿਆਖਿਆ। ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦੇ ਬਚਨਾਂ ਦੀ ਏਡੀ ਵੱਡੀ ਤਾਕਤ ਹੈ। ਇੱਕ ਨਾ ਸੰਸਕ੍ਰਿਤ ਦੇ ਵਿੱਚ ਸਲੋਕ ਆਉਂਦਾ, ਪਾਂਚ ਅਗਨੋ ਮਨੁਸ਼ੇਣ ਪਰਿਯਤਨ ਤਾ ਪਰਿਚਰੇਤ। ਹੇ ਮਨੁੱਖ, ਵੀ ਦੁਨੀਆਂ ਵਿੱਚ ਪੰਜ ਅਗਨੀਆਂ ਵਾ, ਪੰਜ ਅੱਗਾਂ ਵਾ, ਬੜੀ ਮਿਹਨਤ ਕਰਕੇ ਤੂੰ ਇਹਨਾਂ ਨੂੰ ਹੱਥ ਲਾਈ, ਜੇ ਤੇ ਇਹਨਾਂ ਦਾ ਸਤਿਕਾਰ ਕਰੇਗਾ ਤੇ ਤੈਨੂੰ ਬੜਾ ਕੁਝ ਬਣਾ ਦੇਣਗੀਆਂ, ਤੇ ਜੇ ਤੂੰ ਇਹਨਾਂ ਦਾ ਨਿਰਾਦਰ ਕਰੇਗਾ ਤੇ ਸਾੜ ਕੇ ਸਵਾਹ ਕਰਨਗੀਆਂ। ਤੇ ਪੰਚ ਅਗਨੀ, ਪੰਚ ਅਗਨੋ ਮਨੁਸ਼ੇਣ, ਮਨੁੱਖਾਂ ਨੂੰ ਚਾਹੀਦਾ ਹੈ ਵੀ ਪੰਜ ਅਗਨੀਆਂ ਜਿਹੜੀਆਂ ਨੇ, ਪਰਿਚਰੇਤ ਪਰਿਯਤਨਤਾ, ਉਹਨਾਂ ਦਾ ਬੜਾ ਯਤਨ ਕਰਕੇ ਪਰਿਚਰਨ ਕਰਨਾ ਚਾਹੀਦਾ ਹੈ, ਖਿਆਲ ਰੱਖਣਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਸੰਭਾਲ ਕਰਨੀ ਚਾਹੀਦੀ। ਪੁੱਛਿਆ ਜੀ ਕਿਹੜੀਆਂ ਕਿਹੜੀਆਂ, ਤਾਂ ਕਹਿੰਦੇ ਇੱਕ ਮਾਤਾ ਇੱਕ ਪਿਤਾ ਤੇ ਤੀਸਰੀ ਜਿਹੜੀ ਪ੍ਰਤੱਖ ਅੱਗ, ਚੌਥੀ ਆਤਮਾ, ਤੇ ਪੰਜਵਾਂ ਕੌਣ, ਤੇਰਾ ਗੁਰੂ। ਜੇ ਤਾਂ ਇਹਨਾਂ ਦਾ ਸਤਿਕਾਰ ਕਰੇਗਾ ਤੇ ਤੈਨੂੰ ਕੱਖ ਤੋਂ ਲੱਖਾਂ ਤੱਕ ਲੈ ਜਾਣਗੀਆਂ, ਤੇ ਜੇ ਤੂੰ ਇਹਨਾਂ ਦਾ ਨਿਰਾਦਰ ਕਰੇਗਾ ਤੇ ਲੱਖਾਂ ਤੋਂ ਤੈਨੂੰ ਕੱਖ ਮੈਂ ਸਾੜ ਕੇ ਸਵਾਹ ਕਰਨੀਆਂ। ਇਹ ਪੰਜ ਅਗਨੀਆਂ ਮੰਨੀਆਂ ਜਾਂਦੀਆਂ ਸੰਸਾਰ ਦੇ ਵਿੱਚ, ਮਾਤਾ ਪਿਤਾ ਅਗਨੀ ਹੀ, ਆਤਮਾ ਚਾ ਗੁਰੂਸ਼ਚ ਭਰਤਰਸ਼ਵ,
ਮਾਤਾ ਚਾ ਪਿਤਾ ਚਾ ਮਾਤਾ ਪਿਤਾ ਚਾ ਅਗਨੀ ਹੀ ਔਰ ਆਤਮਾ ਚਾ ਗੁਰੂ ਆਤਮਾ ਚਾ ਗੁਰਾ ਚਾ ਭਰ ਤਰਸ਼ਵ ਚਾ ਦਾ ਵਿੱਚ ਅਰਥ ਹੁੰਦਾ ਅਤੇ 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 ਵੱਖ ਵੱਖ ਅਰਥ ਹੁੰਦੇ ਸੰਸਕ੍ਰਿਤ ਦੇ ਵਿੱਚ ਇਹ ਪੰਜ ਅਗਨੀਆਂ ਨੇ ਸੱਜਣਾ ਇਹਨਾਂ ਦਾ ਸੰਭਾਲ ਇਹਨਾਂ ਦੀ ਸੇਵਾ ਬੜੇ ਧਿਆਨ ਨਾਲ ਕਰੀ ਮਾਤਾ ਪਿਤਾ ਦੀ ਅਤੇ ਜਿਹੜੀ ਬਾਹਰਲੀ ਅੱਗ ਆ ਉਹ ਵੀ ਜੇ ਸੰਭਾਲ ਕੇ ਵਰਤੇਂਗਾ ਠੀਕ ਆ ਨਹੀਂ ਤਾਂ ਆਪਦੇ ਘਰ ਨੂੰ ਹੀ ਲਾਏਂਗਾ ਆਤਮਾ ਵੀ ਅੱਗ ਆ ਇਹਨੂੰ ਵਿਗਾੜੇਂਗਾ ਤਾਂ ਇਹ ਵੀ ਲੈ ਕੇ ਬਹਿ ਜਾਊਗੀ ਤੇਰੇ ਜੀਵਨ ਅਤੇ ਗੁਰੂ ਤਾਂ ਫਿਰ ਗੁਰੂ ਹੀ ਆ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇੱਥੇ ਬਾਣੀ ਲਿਖਵਾ ਰਹੇ ਹਨ ਰਾਗ ਪ੍ਰਭਾਤੀ ਲਗ ਜੋ ਸ਼ਬਦ ਸ਼ੁਭ ਗਾਵਣ ਰੀਤੀ ਦਈ ਬਣਾਏ ਪ੍ਰਭਾਤੀ ਰਾਗ ਤੱਕ ਸੱਚੇ ਪਾਤਸ਼ਾਹ ਜੀ ਨੇ ਬਾਣੀ ਲਿਖਾ ਦਿੱਤੀ ਹੈ ਰਾਗ ਦੇ ਵਿੱਚ ਲਿਖਾਈ ਹੈ ਗਾਉਣ ਦੀ ਰੀਤੀ ਦੱਸੀ ਹੈ ਕਿਹੜੇ ਘਰ ਸੁਰਤਾਲ ਵਿੱਚ ਤੂੰ ਬਾਣੀ ਗਾਉਣੀ ਹੈ ਬਾਹਰ ਸਲੋਕ ਜੋ ਸਹੰਸ ਕ੍ਰਿਤ ਕੇ ਸੋ ਗੁਰਦਾਸ ਲਿਖੇ ਹਰ ਖਾਏ ਇਹਦੇ ਬਾਅਦ ਫਿਰ ਜਿਹੜੇ ਸਹਿਸਕ੍ਰਿਤੀ ਦੇ ਸਲੋਕ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਪ੍ਰਸੰਨ ਹੋ ਕੇ ਲਿਖੇ ਸਨ ਜਿਮ ਇਹ ਬਣੇ ਪ੍ਰਸੰਗ ਸੋ ਉਚਰੋਂ ਸ਼ਰੋਤਨ ਕੇ ਸੰਦੇਹ ਮਿਟਾਏ ਜਿਵੇਂ ਇਹ ਸਹਿਸਕ੍ਰਿਤੀ ਦੇ ਸਲੋਕਾਂ ਦੀ ਰਚਨਾ ਹੋਈ ਹੈ ਇਹ ਤੁਹਾਨੂੰ ਦੱਸਦਾ ਹਾਂ ਤੇ ਤੁਹਾਡੇ ਮਨ ਦੇ ਪ੍ਰਸ਼ਨਾਂ ਦੇ ਵਲਵਲਿਆਂ ਦੇ ਜਵਾਬ ਦਿੰਦਾ ਹਾਂ ਸੰਦੇਹਾਂ ਦੇ ਕਾਂਸ਼ੀ ਤੇ ਇੱਕ ਦਿਨ ਦੁਆ ਪੰਡਿਤ ਚੱਲ ਆਏ ਸ਼੍ਰੀ ਅਰਜਨ ਪਾਸ ਸਹਿਸਕ੍ਰਿਤੀ ਜਿਹੜੀ ਗੁਰਬਾਣੀ ਬੜੀ ਮਹਿੰਗੀ ਮੰਨੀ ਜਾਂਦੀ ਜਿਹੜੀ ਪੜ੍ਹਨੀ ਬੜੀ ਮਿਹਨਤ ਦੀ ਮਥਾਜ ਹੈ ਜਿਹਨੂੰ ਪੜ੍ਹਨ ਲੱਗਿਆਂ ਤਕਰੀਬਨ ਹਰ ਪਾਠੀ ਕੋਈ ਨਾ ਕੋਈ ਗਲਤੀ ਕਰਦਾ ਹੀ ਆ ਅਤੇ ਜਿਹਨੇ ਸੰਥਿਆ ਨਹੀਂ ਕੀਤੀ ਉਹ ਤਾਂ ਫਿਰ ਤੁਹਾਨੂੰ ਪਤਾ ਵਾ ਵੀ ਜਿਹੋ ਜਿਹਾ ਚੰਦ ਚਾੜਦਾ ਵਾ ਤਾਂ ਸਹਿਸਕ੍ਰਿਤੀ ਬਾਣੀ ਕਿੱਦਾਂ ਲਿਖੀ ਗਈ ਜਿਹਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਨੇ ਅਤੇ ਪ੍ਰਾਕ੍ਰਿਤ ਦੇ ਸ਼ਬਦ ਨੇ ਸਹਿਸਕ੍ਰਿਤੀ ਅਤੇ ਗਾਥਾ ਦੋ ਬਾਣੀਆਂ ਤਾਂ ਉਹ ਬਾਣੀ ਮਹਾਰਾਜ ਨੇ ਕਿਵੇਂ ਲਿਖੀ ਹੈ ਉਹ ਤਾਂ ਕਹਿੰਦੇ ਤੁਹਾਨੂੰ ਦੱਸਦੇ ਹਾਂ ਵੀ ਕਾਂਸ਼ੀ ਦੇ ਵਿੱਚ ਦੋ ਪੰਡਿਤ ਰਹਿੰਦੇ ਸੀ ਜਿਹੜੇ ਚੱਲ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਆਏ ਕ੍ਰਿਸ਼ਨ ਲਾਲ ਹਰ ਲਾਲ ਨਾਮ ਤਿੰਨ ਭਗਤ ਗੁਰੂ ਕੇ ਗੁਣ ਨਿਵਾਸ ਇੱਕ ਦਾ ਨਾਂ ਹੈ ਪੰਡਿਤ ਕ੍ਰਿਸ਼ਨ ਲਾਲ ਜੀ ਦੂਸਰੇ ਦਾ ਨਾਂ ਹੈ ਪੰਡਿਤ ਹਰੀ ਲਾਲ ਜੀ ਦੋਵੇਂ ਗੁਰੂ ਦੇ ਭਗਤ ਨੇ ਤੇ ਗੁਣਾਂ ਦੇ ਖਜ਼ਾਨੇ ਹਨ ਸ਼ੁਭ ਗੁਣ ਇਹਨਾਂ ਦੇ ਵਿੱਚ ਨਿਵਾਸ ਕਰਦੇ ਨੇ ਮੈਨੇ ਵਿਦਵਾਨ ਨੇ ਕਾਂਸ਼ੀ ਚ ਰਹਿੰਦੇ ਨੇ ਬ੍ਰਾਹਮਣਾਂ ਦਾ ਖਾਨਦਾਨ ਹੈ ਤੇ ਪੜ੍ਹੇ ਲਿਖੇ ਨੇ ਵਿਦਵਾਨ ਪੰਡਿਤ ਨੇ ਬ੍ਰਾਹਮਣਾਂ ਘਰ ਜੰਮਣ ਕਰਕੇ ਬ੍ਰਾਹਮਣ ਨਹੀਂ ਵੇਦ ਪਾਠੀ ਨੇ ਛੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ
ਇਸ ਕਰਕੇ ਬੜੇ ਗੁਣਾਂ ਦੇ ਘਰ ਹਨ। ਸਤਿਗੁਰ ਕੋ ਬਹੁ ਭਾਉ ਧਰਤੇ ਔਰ ਦਰਸ਼ਨ ਕਰ ਬੇ ਕੀ ਜਿਨ ਪਿਆਸ। ਇਹ ਸਤਿਗੁਰੂ ਦੇ ਘਰ ਉੱਤੇ ਬਹੁਤ ਜ਼ਿਆਦਾ ਭਾਉ ਪ੍ਰੇਮ ਕਰਦੇ ਨੇ, ਸ਼ਰਧਾ ਕਰਦੇ ਨੇ, ਯਕੀਨ ਵਿਸ਼ਵਾਸ ਰੱਖਦੇ ਨੇ ਗੁਰੂ ਦੇ ਘਰ ਉੱਤੇ ਬਹੁਤ ਜ਼ਿਆਦਾ। ਇਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਪਿਆਸ ਲੱਗੀ ਹੋਈ ਹੈ ਕਿ ਇਸ ਟਾਈਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ ਤੇ ਕਿਹੜਾ ਬੈਠਾ ਹੈ ਸਤਿਗੁਰੂ। ਚਿਤ ਚਾਹਤ ਪਰਲੋਕ ਸਖਨ ਕੋ ਜਗ ਕੇ ਤਿਆਗੇ ਬਿਖੈ ਬਿਲਾਸ। ਇਹ ਦਰਸ਼ਨ ਕਾਹਦੇ ਵਾਸਤੇ ਕਰਨਾ ਚਾਹੁੰਦੇ ਹਨ, ਇਹਨਾਂ ਦੇ ਮਨ ਦੀ ਇੱਛਾ ਕੀ ਆ, ਗੁਰਦੁਆਰੇ ਵਿੱਚ ਕਾਹਦੇ ਵਾਸਤੇ ਇਹ ਆਉਣਾ ਚਾਹੁੰਦੇ ਹਨ ਮਹਾਰਾਜ ਕੋਲੇ। ਇਹਨਾਂ ਦਾ ਚਿੱਤ ਚਾਹੁੰਦਾ ਹੈ ਪਰਲੋਕ ਦੇ ਸੁੱਖਾਂ ਨੂੰ, ਆਤਮਕ ਸ਼ਾਂਤੀ ਨੂੰ, ਤੇ ਇਹਨਾਂ ਦੇ ਮਨ ਉੱਪਰ ਸੰਸਾਰ ਦੇ ਵਿਸ਼ਿਆਂ ਦਾ ਕੋਈ ਅਸਰ ਨਹੀਂ ਆ, ਐਬਾਂ ਦਾ ਅਸਰ ਨਹੀਂ ਆ। ਇਹਨਾਂ ਨੇ ਜੱਗ ਦੇ ਸੰਸਾਰ ਦੇ ਜਿੰਨੇ ਐਬ ਨੇ, ਵਿਸ਼ੇ ਨੇ, ਜਿਹੜੇ ਮਨ ਸਰੀਰ ਨੂੰ ਸੁੱਖ ਦਿੰਦੇ ਨੇ, ਉਹ ਸਾਰੇ ਛੱਡੇ ਨੇ। ਇਸ ਕਰਕੇ ਇਹ ਭਾਂਡੇ ਨੇ, ਅਧਿਕਾਰੀ ਨੇ, ਇਹਨਾਂ ਨੂੰ ਸੁੱਖ ਮਿਲ ਸਕਦਾ ਪਰਲੋਕ। ਜਿਹੜਾ ਸੰਸਾਰ ਦੇ ਵਿਸ਼ੇ ਨਾ ਤਿਆਗੇ, ਮਾੜੇ ਕੰਮ ਨਾ ਤਿਆਗੇ ਤੇ ਨਾਲ ਚਾਹਵੇ ਪਰਲੋਕ ਦਾ ਸੁੱਖ, ਉਹ ਅਧਿਕਾਰੀ ਨਹੀਂ ਆ, ਉਹ ਪਾਤਰ ਨਹੀਂ ਆ, ਉਹਨੂੰ ਇਹ ਆਤਮਕ ਦਾਤ ਨਹੀਂ ਪ੍ਰਾਪਤ ਹੁੰਦੀ। ਆਨ ਮਿਲੇ ਪਗ ਪਨ ਬੰਧਨ ਕਰਕੇ ਬੈਠ ਨਿਕਟ ਦਰਸ਼ਨ ਦਰਸੰਤ। ਗੁਰੂ ਸਾਹਿਬ ਨੂੰ ਆਣ ਕੇ ਮਿਲੇ, ਚਰਨਾਂ ਕਮਲਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਲਾਗੇ ਬਹਿ ਕੇ ਮਹਾਰਾਜ ਦੇ ਦਰਸ਼ਨ ਕਰਨ ਲੱਗੇ ਹਨ ਨੇਤਰਾਂ ਨਾਲ। ਸ੍ਰੀ ਅਰਜਨ ਜੀ ਬਹੁ ਸਨਮਾਨ ਬੂਜਨ ਕੀਨਸ ਤਿਨੋ ਤੁਰੰਤ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ, ਵਿਦਵਾਨ ਜਾਣ ਕੇ, ਗੁਰੂ ਕੇ ਸਿੱਖ ਜਾਣ ਕੇ, ਵਿਦਵਾਨ ਜਾਣ ਕੇ, ਤੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਬੜੀ ਛੇਤੀ ਇਹਨਾਂ ਨੂੰ ਪੁੱਛਦੇ ਹਨ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਕਵੀ ਜੀ ਲਿਖਦੇ ਹਨ, ਦਿਜਬਰ ਕਹਾਂ ਸਦਨ ਹੈ ਤੁਮਰੇ ਕਿਹੇ ਸਥਾਨ ਗਮ ਨੇ ਹਿਤਵੰਤ। ਇਹ ਪੰਡਿਤ ਜੀ ਦਿਜਬਰ, ਦਿਜ ਕਹਿੰਦੇ ਨੇ ਦਵੇਜ ਨੂੰ, ਦੱਦੇ ਦੇ ਥੱਲੇ ਵਾਹਵਾ ਅੱਧਾ ਦਵੇਜ, ਜਿਹੜਾ ਦੋ ਵਾਰੀ ਦਵੀ ਤੇ ਅੱਜ ਦੋ ਵਾਰੀ ਜਾ ਜਾਏ ਸੀ, ਜਿਹੜਾ ਪੈਦਾ ਹੁੰਦਾ ਵਾ, ਜਿਹੜਾ ਦੋ ਵਾਰੀ ਜੰਮਿਆ ਹੋਵੇ ਉਹਨੂੰ ਕੀ ਕਹਿੰਦੇ ਦਵੇਜ। ਦੋ ਵਾਰੀ ਕੌਣ ਜੰਮਦਾ, ਧਰਮੀ ਬੰਦਾ, ਪਹਿਲਾਂ ਕਿਹਦੇ ਜੰਮੀ ਦਾ, ਮਾਤਾ ਪਿਤਾ ਦੇ, ਤੇ ਫਿਰ ਅੰਮ੍ਰਿਤ ਛੱਕ ਕੇ ਕਿਹਦੇ ਜੰਮੀ ਦਾ, ਗੁਰੂ ਦੇ, ਤਾਂ ਉਹਨੂੰ ਕਹਿ ਦਿੰਦੇ ਦਵੇਜ। ਜਿਹਦਾ ਦੁਬਾਰਾ ਜਨਮ ਹੁੰਦਾ, ਮੈਂ ਧਰਮੀ ਪੁਰਸ਼, ਗੁਰੂ ਦਾ ਬੰਦਾ, ਗੁਰੂ ਦੇ ਸਿੱਖ, ਸਤਿਗੁਰ ਕੇ ਜਨਮੇ ਗਵਨ ਮਟਾਇਆ, ਅਨਹਤ ਰਾਤੇ ਇਹੋ ਮਨ ਲਾਇਆ। ਉਹ ਕਈ ਭੁਲੇਖੇ ਨਾ ਬ੍ਰਾਹਮਣਾਂ ਨੂੰ ਦਵੇਜ ਕਹੀ ਜਾਂਦੇ ਨਾ, ਉਹ ਕਹਿੰਦੇ ਇਕੱਲੇ ਬ੍ਰਾਹਮਣ ਹੀ ਦਵੇਜ ਆ, ਨਹੀਂ, ਜਿਹੜਾ ਗੁਰੂ ਧਾਰਨ ਕਰੇ ਉਹ ਦਵੇਜ ਆ, ਦੁਬਾਰਾ ਜਨਮ ਆਉਂਦਾ। ਬਰ ਮੈਨੇ ਸ੍ਰੇਸ਼ਟ, ਤੇ ਜਿਹੜੇ ਧਰਮੀ ਬੰਦਿਆਂ ਚੋਂ ਵੀ ਸ੍ਰੇਸ਼ਟ ਧਰਮੀ ਆ। ਹੁਣ ਧਰਮੀ ਤਾਂ ਸਾਰੇ ਹੀ ਹੋ ਗਏ ਮਹਾਰਾਜ ਤੇ, ਯਕੀਨ ਤਾਂ ਆਪਾਂ ਸਾਰੇ ਹੀ ਰੱਖਦੇ ਹਾਂ, ਪਰ
ਐਬ ਛੱਡ ਕੇ ਰਾਜੀ ਨਹੀਂ ਆ, ਮਨ ਦਾ ਸੁਭਾਅ ਤਿਆਗ ਕੇ ਰਾਜੀ ਨਹੀਂ ਆ, ਤਾਂ ਧਰਮੀਆਂ ਚੋਂ ਵੀ ਜਿਹੜੇ ਸ੍ਰੇਸ਼ਟ ਧਰਮੀ ਜਿਨ੍ਹਾਂ ਨੇ ਜੱਗ ਦੀ ਸੰਸਾਰ ਦੀ ਵਿਸ਼ੇ ਵਾਸ਼ਨਾ ਤਿਆਗ ਛੱਡੀ, ਐਸੇ ਦਵੇਜ ਬਾਰ ਸ੍ਰੇਸ਼ਟ ਲੋਕ ਜਿਹੜੇ ਹਨ, ਉੱਤਮ ਧਰਮੀ। ਇਹ ਸ੍ਰੇਸ਼ਟ ਧਰਮੀਓ, ਰੱਬ ਦੇ ਪਿਆਰਿਓ, ਤੁਹਾਡੇ ਘਰ ਕਿੱਥੇ ਨੇ ਤੇ ਕਿਹੜੇ ਸਥਾਨ ਵੱਲ ਤੁਸੀਂ ਪ੍ਰੇਮ ਦੇ ਨਾਲ ਤੁਰ ਕੇ ਆਏ ਹੋ? ਕੌਣ ਕਾਜ ਅਰ ਨਾਮ ਕੌਣ ਹੈ, ਬੇਸ ਬੇਸ ਦੀਖਤ ਮਤਵੰਤ। ਤੇ ਕੰਮ ਕੀ ਹੈ, ਨਾਮ ਕੀ ਹੈ? ਬੜਾ ਸੁੰਦਰ ਬੇਸ, ਬੜਾ ਸੋਹਣਾ ਸਰੂਪ, ਦਰਸ਼ਨੀ ਚਿਹਰੇ ਨੇ ਤੁਹਾਡੇ, ਬੜੀ ਦਰਸ਼ਨੀ ਦਿੱਖ ਹੈ ਤੁਹਾਡੀ, ਦੇਖਣ ਵਿੱਚ ਆਉਂਦੀ ਹੈ। ਹਾਥ ਜੋਰ ਕਰ ਦੋ ਸਹੋਦਰ, ਬੋਲੇ ਬਾਗ ਸੋ ਬੇਨਤੀ ਸੰਗ। ਤਾਂ ਹੱਥ ਜੋੜ ਕੇ ਜਿਹੜੇ ਦੋਵੇਂ ਸਕੇ ਭਰਾ ਸੀ, ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ, ਦੋਵੇਂ ਸਕੇ ਭਰਾ, ਦੋਵਾਂ ਹੱਥ ਜੋੜ ਕੇ ਬੇਨਤੀ ਕੀਤੀ ਸਿਆਣੇ ਪੰਡਤਾਂ ਨੇ ਮਹਾਰਾਜ ਜੀ ਪਾਸ। ਆਪ ਆਹੋ ਤੁਮ ਅੰਤਰ ਜਾਮੀ, ਬਿਨਾ ਪਨੇ ਸਭ ਲਖੋ ਪ੍ਰਸੰਗ। ਤੁਸੀਂ ਤਾਂ ਮਹਾਰਾਜ ਅੰਤਰ ਜਾਮੀ ਹੋ, ਤੁਹਾਡੇ ਅੱਗੇ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਵੀ ਬਿਣ ਬੋਲਿਆ ਸਭ ਕੁਛ ਜਾਣਦਾ, ਤਾਂ ਤੁਸੀਂ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਐਸੀ ਅਵਸਥਾ ਦੇ ਮਾਲਕ ਹੋ। ਪਰ ਫਿਰ ਵੀ ਜੇ ਤੁਹਾਡਾ ਹੁਕਮ ਆ ਤਾਂ ਗੁਰੂ ਦਾ ਹੁਕਮ ਨਹੀਂ ਮੋੜਨਾ ਚਾਹੀਦਾ, ਜੇ ਤੁਸੀਂ ਪ੍ਰਸ਼ਨ ਕਰਦੇ ਹੋ ਤਾਂ ਅਸੀਂ ਜ਼ਰੂਰ ਜਵਾਬ ਦਿੰਦੇ ਹਾਂ ਆਪ ਜੀ ਨੂੰ। ਤਦਬ ਕਹੈ ਤੁਮ ਬੂਜਨ ਕੀਨਸ, ਕਾਂਸ਼ੀ ਬਸ ਹੈ ਤੀਰਪੁਰ ਗੰਗ। ਤਾਂ ਹੇ ਮਹਾਰਾਜ, ਅਸੀਂ ਕਾਂਸ਼ੀ ਦੇ ਵਿੱਚ ਵਸਦੇ, ਭਗਵਾਨ ਸ਼ਿਵ ਦੀ ਜਿਹੜੀ ਨਗਰੀ ਆ, ਜਿਸ ਕਾਂਸ਼ੀ ਨੂੰ ਵਿਦਵਾਨਾਂ ਦੀ ਨਗਰੀ ਕਿਹਾ ਜਾਂਦਾ ਹੈ, ਜਿਹਦੇ ਬਾਰੇ ਪ੍ਰਸਿੱਧ ਆ ਵੀ ਕਾਂਸ਼ੀ ਕੇ ਕੰਕਰ ਵੀ ਸ਼ੰਕਰ ਹੈ। ਸ਼ੰਕਰ ਕਿਹਨੂੰ ਕਹਿੰਦੇ? ਭਗਵਾਨ ਸ਼ੰਕਰਾਚਾਰੀਆ ਜੀ, ਜਿਨ੍ਹਾਂ ਨੇ ਵਿਦਾਂਤ ਪ੍ਰਗਟ ਕੀਤਾ ਦੁਨੀਆਂ 'ਚ, ਆਚਾਰੀਆ ਸ਼ੰਕਰਾਚਾਰੀਆ ਮਹਾਰਾਜ। ਤਾਂ ਕਾਂਸ਼ੀ ਦੇ ਵਿੱਚ ਜਿਹੜਾ ਰਕਸ਼ਾ ਚਲਾਉਣ ਵਾਲਾ ਵਾ, ਜਿਹੜਾ ਝਾੜੂ ਦੇਣ ਵਾਲਾ ਵਾ, ਉਹ ਵੀ ਵਿਦਵਾਨ ਆ, ਵਿਦਵਾਨਾਂ ਦੀ ਸੰਗਤ ਦਾ ਐਸਾ ਅਸਰ ਆ। ਕਾਂਸ਼ੀ ਦੇ ਕੰਕਰ ਰੋੜੇ ਵੀ ਸ਼ੰਕਰ ਆ, ਵਿਦਵਾਨ ਆ। ਐਸੀ ਕਾਂਸ਼ੀ ਦੇ ਵਿੱਚ ਕਹਿੰਦੇ ਜੀ ਮਹਾਰਾਜ ਅਸੀਂ ਵਸਦੇ ਹਾਂ। ਸੋ ਜਸ ਸੁਣਿਓ ਰਾਵਰ ਕੋ ਦੀਰਘ, ਦਰਸ਼ਨ ਹਿਤ ਆਏ ਦੁਖ ਭੰਗ। ਜਿਹੜੀ ਕਾਂਸ਼ੀ ਗੰਗਾ ਦੇ ਕਿਨਾਰੇ ਤੇ ਹੈ, ਆਪ ਜੀ ਦਾ ਸ੍ਰੇਸ਼ਟ ਜਸ ਸੁਣਿਆ ਸੀ ਬਹੁਤ ਜ਼ਿਆਦਾ, ਵੀ ਦਿਲਾਂ ਦੀਆਂ ਜਾਣਨ ਵਾਲੇ, ਤਪਦੇ ਹਿਰਦਿਆਂ ਨੂੰ ਠਾਰਨ ਵਾਲੇ, ਹੋਮੇ ਦੀ ਬਿਮਾਰੀ ਕੱਟਣ ਵਾਲੇ, ਜਨਮ ਮਰਨ ਮੇਟਣ ਵਾਲੇ, ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰ ਸ੍ਰੀ ਅੰਮ੍ਰਿਤਸਰ ਨਿਵਾਸ ਕਰਦੇ। ਸਾਕਸ਼ਾਤ ਰੱਬ ਦੁਨੀਆਂ ਦੇ ਵਿੱਚ ਰਹਿੰਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਪਰ। ਇਸ ਕਰਕੇ ਆਪ ਜੀ ਦੇ ਇਹ ਦੁੱਖ ਭੰਜਣ ਜੀ, ਦੁੱਖਾਂ ਨੂੰ ਕੱਟਣ ਵਾਲੇ ਗਰੀਬ ਨਿਵਾਜ, ਤੁਹਾਡੇ ਦਰਸ਼ਨ ਕਰਨ ਆਏ ਹੈ। ਮਹਾਰਾਜ ਜੀ ਕਹਿਣ ਲੱਗੇ, ਪੰਡਤੋ ਏਡੀ ਵੱਡੀ ਕਾਂਸ਼ੀ,
ਏਡੇ ਏਡੇ ਵਿਦਵਾਨ, ਚਾਰ ਵੇਦ, 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, 108 ਕੇ, 110 ਕੇ, 111 ਉਪਨਿਸ਼ਦ, ਤੇ ਬਾਕੀ ਜਿਹੜੇ ਗ੍ਰੰਥ ਗਾਂਹ ਤੋਂ ਗਾਂਹ ਲਿਖੇ, ਉਹ ਤੇ ਕੋਈ ਵੇਰਵਾ ਹੀ ਨਹੀਂ ਨਾ ਹਿੰਦੀ ਦਾ, ਇਹ ਤੇ ਸੰਸਕ੍ਰਿਤ ਦੇ ਆ ਸਿਰਫ, ਇਹ ਗਾਂਹ ਤੇ ਪਤਾ ਹੀ ਨਹੀਂ ਕਿੰਨਾ ਕੁ। ਏਡੇ ਤੁਸੀਂ ਵਿਦਵਾਨ ਹੋ ਤੇ ਸਾਡੇ ਪਾਸ ਕਾਹਦੇ ਵਾਸਤੇ ਆਏ? ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨ ਦੀ ਸ਼ਾਂਤੀ ਵਾਸਤੇ ਆਏ। ਜਿਹੜਾ ਮਨ ਦਾ ਸੁੱਖ ਗ੍ਰੰਥਾਂ ਦੇ ਵਿੱਚ ਲਿਖਿਆ ਨਾ, ਕਿਤਾਬਾਂ ਚ ਲਿਖਿਆ, ਹੁਣ ਪੜ੍ਹਦੇ ਇੰਨਾ ਗਏ ਆ, ਪਰ ਗਰੀਬਨ ਵਾਜ ਉਹ ਸੁੱਖ ਜਿਹੜਾ ਨਾ, ਉਹ ਟਿਕਾ ਜਿਹੜਾ ਨਾ, ਜਿਹੜੀ ਅੰਦਰ ਦੀ ਸ਼ਾਂਤੀ ਜਿਹੜੀ ਹੈ, ਉਹ ਸਾਨੂੰ ਪ੍ਰਾਪਤ ਨਹੀਂ ਅਜੇ ਤੱਕ ਹੋਈ। ਉਹ ਲੈਣ ਵਾਸਤੇ ਆਪ ਜੀ ਪਾਸ ਆਏ ਆ। ਤਾਂ ਹੁਣ ਇੱਥੇ ਸਵਾਲ ਪੈਦਾ ਹੁੰਦਾ ਵੀ ਏਡੇ ਵੱਡੇ ਵਿਦਵਾਨ ਸੀ, ਉਹਨਾਂ ਨੂੰ ਵੀ ਆਤਮਕ ਸੁੱਖ ਦੀ ਪ੍ਰਾਪਤੀ ਪੂਰੇ ਗੁਰੂ ਤੋਂ ਬਿਨਾਂ ਨਹੀਂ ਹੋਈ। ਆਸਾ ਦੀ ਵਾਰ ਰੋਜ਼ ਸਮਝਾਉਂਦੀ ਆ, ਕਿਤੇ ਪੈ ਜੇ ਸਾਡੇ ਦਿਮਾਗ ਚ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਓ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਰੱਬ ਨੇ ਆਪਣਾ ਆਪ ਲੁਕੋ ਕੇ ਗੁਰੂ ਦੇ ਵਿੱਚ ਰੱਖਿਆ, ਤੇ ਸ਼ਰੇਆਮ ਨੰਗੇ ਧੜ ਹੋਕਾ ਦੇ ਕੇ ਸਾਰੀ ਦੁਨੀਆਂ ਨੂੰ ਆਖਿਆ, ਬਿਨਾਂ ਗੁਰੂ ਤੋਂ ਜਿੰਨਾ ਮਰਜ਼ੀ ਤੂੰ ਪੜ ਜਾ, ਤੈਨੂੰ ਆਤਮਕ ਸੁੱਖ ਨਹੀਂ ਪ੍ਰਾਪਤ। ਇਹ ਢਡੋਰਾ ਦਿੱਤਾ ਗਿਆ। ਤਾਂ ਉਸ ਆਤਮਕ ਸੁੱਖ ਦੀ ਪ੍ਰਾਪਤੀ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਚਰਨਾਂ ਵਿੱਚ ਆਏ। ਸਵਾਮੀ ਵਿਵੇਕਾਨੰਦ ਜੀ ਨਾ ਇੱਕ ਬੜੀ ਕਮਾਲ ਦੀ ਗੱਲ ਲਿਖਦੇ ਆ, ਉਹ ਕਹਿੰਦੇ ਆ ਵੀ ਇੱਕ ਆਤਮਾ ਨੂੰ ਹਲਾਰਾ ਦੂਜੀ ਆਤਮਾ ਹੀ ਦੇ ਸਕਦੀ ਹੈ। ਇੱਕ ਆਤਮਾ ਨੂੰ ਦੂਜੀ ਆਤਮਾ ਹੀ ਜਗਾ ਸਕਦੀ ਹੈ, ਹੋਰ ਕੋਈ ਇੰਨਾ ਅਸਰ ਨਹੀਂ ਕਰ ਸਕਦਾ। ਹੋਰ ਕੋਈ ਜੇ ਅਸਰ ਕਰੂਗਾ ਵੀ ਤੇ ਮਨ ਤੱਕ ਜਾਂ ਤੁਹਾਡੀ ਬੁੱਧੀ ਤੱਕ, ਗ੍ਰੰਥਾਂ ਦਾ ਕਿਤਾਬਾਂ ਦਾ ਅਸਰ ਹੋਊਗਾ। ਉਹਤੋਂ ਅੱਗੇ ਜਿਹੜੀ ਆਤਮਾ ਬੈਠੀ ਆ ਉਹਨੂੰ ਜੇ ਕੋਈ ਟੁੰਬ ਸਕਦਾ ਤੇ ਦੂਜੀ ਆਤਮਾ ਹੀ ਟੁੰਬ ਸਕਦੀ, ਹੋਰ ਕੋਈ ਨਹੀਂ ਟੁੰਬ ਸਕਦਾ। ਹੁਣ ਜਿਹੜੀ ਸੰਗਤ ਹੈ ਨਾ, ਇਹ ਬੜੀ ਵੱਡੀ ਤਾਕਤ ਆ, ਤੇ ਹਰ ਤਾਕਤ ਦੀਆਂ ਨਾ ਦੋ ਵਰਤੋਂ ਹੁੰਦੀਆਂ ਵਾ, ਇੱਕ ਗਲਤ ਤੇ ਇੱਕ ਸਹੀ। ਕੋਈ ਵੀ ਤਾਕਤ ਹੋਵੇ ਦੋਵੇਂ ਬੰਨੇ ਵਰਤੀ ਜਾਂਦੀ। ਜੇ ਤਾਂ ਸੰਗਤ ਕਰ ਲਈਏ, ਡਾਕੂਆਂ ਦੀ ਹੋ ਜੇ, ਚੋਰਾਂ ਦੀ ਹੋ ਜੇ, ਬਦਮਾਸ਼ਾਂ ਦੀ ਹੋ ਜੇ, ਤੇ ਸੰਗਤ ਕਰਨ ਵਾਲਾ ਕੀ ਬਣ ਜੂਗਾ? ਚੋਰ, ਡਾਕੂ, ਬਦਮਾਸ਼। ਜੇ ਸੰਗਤ ਹੋ ਜੇ ਆਪਣੇ ਕਵੀਆਂ ਦੀ, ਵਿਦਵਾਨਾਂ ਦੀ, ਦਾਨੀਆਂ ਦੀ, ਸੂਰਬੀਰਾਂ ਦੀ, ਬਿਜ਼ਨਸਮੈਨ ਦੀ, ਜਿਹੋ ਜਿਹਾ ਵੀ ਕੋਈ ਹੋਵੇ, ਤੇ ਕੀ ਬਣ ਜੂਗਾ ਸੰਗਤ ਕਰਨ ਵਾਲਾ?
ਜਿਹੜੀ ਸੰਗਤ ਕਰਦਾ ਹੈ। ਤੇ ਜੇ ਸੰਗਤ ਹੋ ਜੇ ਬੀਤ ਰਾਗ ਮਹਾਤਮਾ ਦੀ, ਗੁਰਸਿੱਖਾਂ ਦੀ, ਭਜਨੀਕਾਂ ਦੀ, ਸੰਤਾਂ ਦੀ, ਤੇ ਸੰਗਤ ਕਰਨ ਵਾਲਾ ਕੀ ਬਣ ਜਾਊਗਾ? ਭਜਨੀਕ, ਗੁਰਸਿੱਖ ਜਾਂ ਸੰਤ ਸਾਧ ਜੋ ਵੀ। ਜਿਵੇਂ ਅੰਗਰੇਜ਼ੀ ਦੀ ਇੱਕ ਉਦਾਹਰਣ ਆ ਵੀ ਬੰਦਾ ਕੀ ਆ, ਉਹ ਇੱਥੇ ਬੜਾ ਸੋਹਣਾ ਇੱਕ ਮੈਂ ਉਦਾਹਰਣ ਪੜ੍ਹਦਾ ਪਿਆ ਸੀ, ਮੈਨ ਇਜ਼ ਦਾ ਰਿਜ਼ਲਟ ਆਫ ਹਿਸ ਇਨਵਾਇਰਮੈਂਟ। ਬੰਦਾ, ਇਨਸਾਨ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਦਾ ਨਤੀਜਾ ਵਾ, ਹੋਰ ਕੁਝ ਵੀ ਨਹੀਂ। ਜਿਹੋ ਜਿਹਾ ਉਹਦਾ ਆਲਾ ਦੁਆਲਾ ਵਾ, ਉਹ ਜਿਹਾ ਬੰਦਾ ਵਾ, ਹੋਰ ਕੁਝ ਨਹੀਂ। ਸੰਗਤ ਜਿਹੜੀ ਹੈ ਇਹ ਦੋ ਤਰ੍ਹਾਂ ਦੀ ਮੰਨੀ ਗਈ ਆ। ਇੱਕ ਤੇ ਆ ਕਿਤਾਬਾਂ ਦੀ, ਉੱਤਮ ਸੰਗਤ ਦੀ ਮੈਂ ਗੱਲ ਕਰਦਾ, ਮਾੜੀ ਦੀ। ਇੱਕ ਆ ਮਹਾਤਮਾ ਦੀ, ਧਰਮੀ ਬੰਦਿਆਂ ਦੀ। ਸੰਗਤ ਦਾ ਜਿਹੜਾ ਅਸਰ ਹੈ ਇਹ ਬੰਦੇ ਦੇ ਤੇ ਪੈਣਾ ਹੀ ਪੈਣਾ, ਕਿ ਉਹ ਬੰਦੇ ਦੀ ਚੇਤਨਤਾ ਵਾਧਾ ਛੇਤੀ ਇਹ ਸਮਝ ਲੈਂਦਾ, ਛੇਤੀ ਕੈਚ ਕਰ ਲੈਂਦਾ। ਸੰਗਤ ਦਾ ਅਸਰ ਤੇ ਪੌਦਿਆਂ ਤੇ ਵੀ ਪੈਂਦਾ, ਸੰਗਤ ਦਾ ਅਸਰ ਤੇ ਪਸ਼ੂਆਂ ਤੇ ਵੀ ਪੈਂਦਾ ਜਿਨ੍ਹਾਂ ਚ ਚੇਤਨਤਾ ਘੱਟ। ਸੰਗਤ ਦਾ ਅਸਰ ਤੇ ਹਰ ਵਸਤੂ ਤੇ ਵੀ ਪੈਂਦਾ ਜਿਹਨੂੰ ਜਿਹੋ ਜਿਹੀ ਸੰਗਤ ਪ੍ਰਾਪਤ ਹੁੰਦੀ। ਹੁਣ ਕਬੀਰ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਕਬੀਰ ਵੀ ਬੰਦੇ ਦੀ ਤੇ ਗੱਲ ਛੱਡ, ਵੀ ਆਮ ਜਿਹੜੀਆਂ ਜੰਗਲ ਦੀਆਂ ਝਾੜੀਆਂ ਨੇ, ਦਰਖਤ ਨੇ, ਇਹ ਬਨਸਪਤੀ ਆ ਨਾ, ਇਹਨਾਂ ਚ ਤੇ ਇੰਨੀ ਚੇਤਨਤਾ ਹੈ ਨੀ ਜਿੰਨੀ ਤੇਰੇ ਚ। ਇਹਨਾਂ ਨੇ ਜੇ ਕਿਤੇ ਚੰਦਨ ਦੀ ਸੰਗਤ ਕਰ ਲਈ ਤੇ ਇਹਨਾਂ ਚੋਂ ਵੀ ਚੰਦਨ ਦੀ ਸੁਗੰਧੀ ਆਉਂਦੀ। ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੁਣ ਜੇ ਸੰਗਤ ਦਾ ਅਸਰ ਇੱਕ ਬਨਸਪਤੀ ਤੇ ਪੈਂਦਾ ਤੇ ਬੰਦੇ ਤੇ ਨਾ ਪਊਗਾ, ਦੱਸੋ ਪਤਾ। ਫੇਰ ਉਹ ਥੋੜਾ ਜਿਹਾ ਅੱਗੇ ਜਾਂਦੇ ਆ, ਬਨਸਪਤੀ ਤੋਂ ਬਾਅਦ ਕੀ ਆਉਂਦਾ ਜੀ? ਪਸ਼ੂ ਮੰਨ ਲਓ, ਜਾਂ ਜੇ ਬਨਸਪਤੀ ਦੀ ਉਦਾਹਰਣ ਲੈਣੀ ਹੋਵੇ ਤੇ ਫਾਰਸੀ ਦੇ ਗ੍ਰੰਥਾਂ ਦੇ ਵਿੱਚ ਇੱਕ ਬੜੇ ਪ੍ਰਸਿੱਧ ਮਹਾਂਪੁਰਖ ਹੋਏ ਨੇ, ਸ਼ੇਖ ਸਾਦੀ ਸਾਹਿਬ। ਉਹ ਲਿਖਦੇ ਨੇ ਵੀ ਇੱਕ ਦਿਨ ਦੀ ਗੱਲ ਹੈ ਵੀ ਸਵੇਰੇ ਅਜੇ ਹਨੇਰਾ ਸੀ ਤੇ ਮੈਂ ਆਪਣੇ ਮਹਿਬੂਬ ਨੂੰ ਆਖਿਆ ਵੀ ਮੈਨੂੰ ਮਿੱਟੀ ਦੇ, ਮੈਂ ਹੱਥ ਮਾਂਜਣੇ ਨੇ, ਹੱਥ ਧੋਣੇ ਨੇ, ਮੈਨੂੰ ਮਿੱਟੀ ਦੇ। ਪੁਰਾਣੇ ਸਮੇਂ ਦੀਆਂ ਗੱਲਾਂ ਨੇ। ਤਾਂ ਮੇਰੇ ਮਹਿਬੂਬ ਨੇ ਮੈਨੂੰ ਮਿੱਟੀ ਦਿੱਤੀ, ਜਦੋਂ ਮੈਂ ਹੱਥਾਂ ਤੇ ਮਲੀ ਉਹਦੇ ਵਿੱਚੋਂ ਸੁਗੰਧੀ ਆਈ, ਤੇ ਮੇਰੇ ਮੰਨਣ ਚ ਆਈ ਵੀ ਹਨੇਰੇ ਵਿੱਚ ਗੁੰਮ ਸੁੰਮ ਹੋਣ ਕਰਕੇ ਦਿਲਬਰ ਨੂੰ ਪਤਾ ਨਹੀਂ ਲੱਗਾ, ਇਸ ਕਰਕੇ ਉਹਨੇ ਮੈਨੂੰ ਜਾਂ ਕੇਸਰ ਦੇ ਤਾ ਵਾ ਜਾਂ ਅੰਬੀਰ ਦੇ ਤਾ ਭੁਲੇਖੇ ਨਾਲ ਮਿੱਟੀ ਦੇ ਬਦਲੇ। ਉੱਥੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ ਉਹਨਾਂ ਨੇ, ਗਿਲੇ ਖੁਸ਼ਬੂ ਦਰ ਹਮਾਮ ਰੋਜ਼ੇ,
ਇੱਕ ਦਿਨ ਨਹਾਉਣ ਲੱਗੇ, ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਹੱਥ ਧੋਣ ਲੱਗੇ, ਹੱਥ ਮੂੰਹ ਧੋਣ ਲੱਗੇ। ਰਜ਼ੀ ਦੱਸ ਦੱਸਤੇ ਮਹਿਬੂਬੇ ਬਦਸਤਮ, ਆਪਣੇ ਮਹਿਬੂਬ ਨੂੰ ਆਖਿਆ ਮੈਨੂੰ ਮਿੱਟੀ ਦੇ ਹੱਥ ਮਲਾਂ, ਹੱਥ ਧੋਵਾਂ, ਹੱਥ ਮਾਂਜਾਂ। ਬਾਓ ਗੁਫਤਮ ਕੇ ਮੁਸ਼ਕੀ ਜਾ ਅੰਬੀਰੀ, ਪਰ ਜਦੋਂ ਮੈਂ ਮਲ ਲੱਗਾ ਤੇ ਮੈਨੂੰ ਭੁਲੇਖਾ ਪੈ ਗਿਆ ਵੀ ਮਿੱਟੀ ਦੀ ਜਗ੍ਹਾ ਕੋਈ ਸੁਗੰਧੀ ਵਾਲੀ ਚੀਜ਼ ਦੇਤੀ ਆ, ਇਸ ਕਰਕੇ ਸੁਗੰਧੀ ਬੜੀ ਕਮਾਲ ਦੀ ਆ ਰਹੀ। ਅੰਬੀਰ ਜਾਂ ਕੋਈ ਮੁਸ਼ਕ, ਕੋਈ ਪਰਫਿਊਮ ਆ, ਕੋਈ ਸੁਗੰਧੀ ਆ, ਕੋਈ ਅਤਰ ਆ, ਮੁਸ਼ਕੀ ਆ ਕੁਝ। ਕਿ ਅਜ ਖੁਸ਼ਬੂ ਦਿਲ ਵਜੇ ਤੋਂ ਮਸਤਮ, ਇਹੋ ਜਿਹੀ ਖੁਸ਼ਬੂ ਮੈਂ ਆਪਣੇ ਮਹਿਬੂਬ ਨੂੰ ਪੁੱਛਿਆ ਵੀ ਤੂੰ ਭੁਲੇਖੇ ਨਾਲ ਮੈਨੂੰ ਕੀ ਫੜਾਤਾ ਜੀ। ਉਹ ਅੱਗੇ ਉਹ ਕਹਿਣ ਲੱਗਾ, ਜਦੋਂ ਪਤਾ ਕੀਤਾ, ਗੱਲਬਾਤ ਹੋਈ ਆਪਸ ਦੇ ਵਿੱਚ, ਉਹਨੇ ਆਖਿਆ ਵੀ ਮਿੱਟੀ ਆ, ਹੋਰ ਕੁਝ ਥੋੜੀ ਫੜਾਇਆ ਤੈਨੂੰ ਮੈਂ, ਮਿੱਟੀ ਆ ਜੀ। ਤੇ ਫਿਰ ਮੈਂ ਮਿੱਟੀ ਨੂੰ ਪੁੱਛਿਆ ਵੀ ਤੇਰੇ ਚ ਖੁਸ਼ਬੂ ਕਿਉਂ। ਮਿੱਟੀ ਨੂੰ ਸਵਾਲ ਕੀਤਾ, ਬੇਗੁਫਤਾ ਮਨ ਗਿਲੇ ਨਾ ਚੀਜ਼ ਬੂਦਮ, ਉਹ ਨਾਚੀਜ਼ ਮਿੱਟੀ ਜਿਹੜੀ ਕੱਖ ਵੀ ਨਹੀਂ ਆ ਮਿੱਟੀ ਰੂਹਾਨੀਅਤ ਦੇ ਵਿੱਚ, ਤੇ ਚਲੋ ਬੜੀ ਵੱਡੀ ਗੱਲ ਆ। ਆਜ ਕਾਲ ਭੋਏ ਲੇਟਣਾ, ਰੂਹਾਨੀਅਤ ਚ ਮਿੱਟੀ ਦੀ ਬੜੀ ਮਾਨਤਾ। ਉਹ ਨਾਚੀਜ਼ ਮਿੱਟੀ ਕਹਿਣ ਲੱਗੀ ਵੀ ਮੈਂ ਫੁੱਲਾਂ ਦੀ ਸੰਗਤ ਬੜੀ ਮੁੱਦਤ ਤੋਂ ਕੀਤੀ, ਇਸ ਕਰਕੇ ਫੁੱਲਾਂ ਦੀ ਸੁਗੰਧੀ ਦੀ ਸੰਗਤ ਕਰਨ ਕਰਕੇ ਮਿੱਟੀ ਚ ਵੀ ਸੁਗੰਧੀ, ਨਹੀਂ ਤੇ ਮੇਰੀ ਕੀ ਔਕਾਤ ਆ ਵੀ ਮੇਰੇ ਚ ਸੁਗੰਧੀ, ਨਿਮਾਣੀ ਮਿੱਟੀ ਚ ਸੁਗੰਧੀ। ਜ਼ਮਾਨੇ ਹਮ ਨਸ਼ੀ ਦਰ ਮਨ ਅਸਰ ਕਰਦ ਵਗਰਨਾ ਮਨ ਹਮਾ ਖਾਕਮ ਕੇ ਹਸਤਮ, ਮੇਰੀ ਕੀ ਹਸਤੀ ਆ ਵੀ ਮੇਰੇ ਚ ਸੁਗੰਧੀ। ਸਾਧੀ ਕਹਿੰਦਾ ਮੈਂ ਹੈਰਾਨ ਹੋਇਆ, ਜੇ ਇੱਕ ਮਿੱਟੀ ਵਿੱਚ ਸੁਗੰਧੀ ਪੈਦਾ ਹੋ ਸਕਦੀ ਆ ਤੇ ਬੰਦਿਆ ਤੇਰੇ ਚ ਕਿਉਂ ਨਹੀਂ ਹੋ ਸਕਦੀ। ਗੱਲ ਤੇ ਸਿਰਫ ਆ ਸੰਗਤ ਦੀ ਜੇ ਕੋਈ ਕਰੇ ਤਾਂ। ਫਿਰ ਦਰਖਤਾਂ ਤੋਂ ਬਾਅਦ ਕੌਣ ਆ ਜਾਂਦਾ ਹੈ? ਦਰਖਤਾਂ ਤੋਂ ਬਾਅਦ ਆ ਜਾਂਦੇ ਪਸ਼ੂ। ਹੁਣ ਪਸ਼ੂਆਂ ਦੀਆਂ ਵੀ ਦੋ ਕਿਸਮਾਂ ਨੇ, ਇੱਕ ਤੇ ਨੇ ਵਾਰਾ ਜਾਂ ਜਾਂਗਲੀ ਕਹਿ ਲਓ, ਇੱਕ ਨੇ ਪਾਲਤੂ ਜਿਹੜੇ ਤੁਸੀਂ ਪਾਲੇ ਹੋਏ। ਹੁਣ ਦੋਵਾਂ ਪਸ਼ੂਆਂ ਦਾ ਸੁਭਾਅ ਦੇਖੋ, ਬੰਦੇ ਦੀ ਸੰਗਤ ਕਰਨ ਕਰਕੇ ਜਿਹੜੇ ਪਾਲੇ ਨੇ ਉਹ ਸਾਰੀ ਉਮਰ ਤੁਹਾਨੂੰ ਦੁੱਧ ਦੇਣ, ਤੁਸੀਂ ਦਹੀਂ ਬਣਾਓ, ਘਿਓ ਬਣਾਓ, ਸਾਰੀ ਉਮਰ ਤੁਹਾਡਾ ਫੈਜ਼ ਕਰਨ। ਤੇ ਦੂਸਰੇ ਬੰਨੇ ਉਹੀ ਪਸ਼ੂ ਨੇ ਜਿਹੜੇ ਬੜੇ ਹੀ ਅੱਖੜ, ਗੁਸੈਲੇ, ਅੜੀਅਲ, ਹੱਥ ਲਾਵੇਂ ਤੇ ਮਾਰਨ ਤੱਕ ਜਾਣਗੇ। ਸਦੀਆਂ ਤੋਂ ਬੰਦੇ ਦੀ ਸੰਗਤ ਕੀਤੀ ਪਸ਼ੂਆਂ ਨੇ ਤੇ ਉਹ ਵੀ ਨਰਮ ਦਿਲ ਹੋ ਗਏ, ਉਹ ਵੀ ਨਰਮ ਦਿਲ ਹੋ ਗਏ। ਕਈ ਬੰਦੇ ਕਹਿੰਦੇ ਨੇ ਵੀ ਸੁਭਾਅ ਜਾਂ ਜ਼ਿੰਦਗੀ ਬਦਲਣੀ ਬੜੀ ਔਖੀ ਹੈ। ਇੱਕ ਘਟਨਾ ਮੈਂ ਤਕਰੀਬਨ ਕਥਾ ਚ ਸੁਣਾਉਣਾ ਹੀ ਹੁੰਦਾ ਗਾਹੇ ਵਗਾਹੇ, ਅੱਜ ਫੇਰ ਸੁਣਾਵਾਂ।
ਕਈ ਸੱਜਣ ਕਹਿੰਦੇ ਨੇ ਵੀ ਕਾਵਾਂ ਤੋਂ ਹੰਸ ਕਿੱਦਾਂ ਬਣ ਸਕਦੇ ਆ। ਤੁਸੀਂ ਕਦੇ ਧਿਆਨ ਦਿਓ ਤੇ ਇੱਥੇ ਬਾਹਰਲੇ ਦੇਸ਼ਾਂ ਦੀ ਗੱਲ ਹੈ, ਇੱਕ ਵਾਰੀ ਲੇਖ ਛਪਿਆ ਸੀ ਇੱਕ, ਇੱਕ ਵਿਗਿਆਨੀ ਨੇ ਆਪਣੇ ਘਰ ਦੇ ਵਿੱਚ ਕੰਡਿਆਲਾ ਬੂਟਾ ਲਾਇਆ ਜਿਹਨੂੰ ਕੰਡੇ ਲੱਗਦੇ ਨੇ, ਪਰ ਉਹਨੇ ਦਾਅਵਾ ਕੀਤਾ ਵੀ ਮੈਂ ਇਹਦਾ ਸੁਭਾਅ ਬਦਲੂੰਗਾ। ਉਹ ਕਹਿੰਦੇ ਜੀ ਬੜੀ ਔਖੀ ਗੱਲ ਹੈ, ਇਹੋ ਜਿਹਾ ਦਾਅਵਾ ਨਹੀਂ ਕਰਨਾ ਚਾਹੀਦਾ। ਹੁਣ ਜਿਹਦੇ ਕੰਡੇ ਕੁਦਰਤੀ ਤੌਰ ਤੇ ਲੱਗੇ ਨੇ, ਉੱਗਦੇ ਨੇ, ਉਹ ਕਿੱਦਾਂ ਸੁਭਾਅ ਛੱਡ ਸਕਦਾ। ਉਹਨੇ ਰੋਜ਼ ਉੱਤੇ ਹੱਥ ਫੇਰਨਾ ਕੰਡਿਆਂ ਵਾਲੇ ਬੂਟੇ ਦੇ ਵਿੱਚ, ਜਿੱਥੇ ਜਿੱਥੇ ਥਾਂ ਸੀ ਆਪਣੀਆਂ ਉਂਗਲਾਂ ਦੇ ਪੋਟੇ ਲਾ ਕੇ ਕਹਿਣਾ ਕਿ ਤੈਨੂੰ ਮੇਰੇ ਘਰ 'ਚ ਕੋਈ ਖਤਰਾ ਨਹੀਂ ਸੱਜਣਾ, ਤੈਨੂੰ ਕੰਡਿਆਂ ਦੀ ਲੋੜ ਨਹੀਂ। ਬੜਾ ਚਿਰ ਬੰਦੇ ਨੇ ਉਹਨੇ ਨਿਯਮ ਬਣਾਇਆ, ਬੰਦੇ 'ਚ ਰੱਬ ਬੈਠਾ, ਚੇਤਨ ਬੈਠਾ, ਅਹੁਦਿਆਂ 'ਚ ਵੀ ਚੇਤਨ ਤਾਂ ਹੈ ਪਰ ਇੰਨੀ ਨਹੀਂ। ਪਰ ਉਹਦੇ ਸ਼ੋਅ ਨੇ, ਉਹਦੇ ਪ੍ਰੇਮ ਨੇ, ਉਹਦੀ ਨਿਗਾਹ ਨੇ, ਉਹਦੀ ਆਵਾਜ਼ ਨੇ, ਉਹਦੇ ਪ੍ਰਭਾਵ ਨੇ, ਇਹ ਉਹਦਾ ਐਸਾ ਜੀਵਨ ਬਦਲ ਗਿਆ ਕਿ ਉਹਦੇ ਕੰਡੇ ਆਉਣੋਂ ਹੀ ਅੜ ਗਏ, ਉਹਦੇ ਕੰਡੇ ਉੱਗਦੇ ਹੀ ਨਹੀਂ। ਤੇ ਜੇ ਆਮ ਵਿਗਿਆਨੀ ਇੰਨਾ ਕੁਝ ਬਦਲ ਸਕਦਾ ਤੇ ਸਾਡਾ ਗੁਰੂ ਕੱਖ ਨਹੀਂ ਕਰ ਸਕਦਾ ਵੀ, ਸਾਡਾ ਸਤਿਗੁਰੂ ਕੁਝ ਵੀ ਨਹੀਂ ਕਰ ਸਕਦਾ। ਹਾਂ, ਉਹ ਗੱਲ ਕਰਦੇ ਨੇ ਫਿਰ ਜਾ ਕੇ ਦੂਸਰੇ ਸੁਭਾਅ ਦੀ, ਕਹਿੰਦੇ ਦੇਖੋ ਪਸ਼ੂਆਂ ਨੇ ਸੁਭਾਅ ਬਦਲ ਲਏ। ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਨੇ ਧਾਰਮਿਕ ਗ੍ਰੰਥਾਂ ਵਿੱਚ ਵੀ, ਤੂੰ ਵੇਲ ਵੇਖ, ਵੇਲ ਧਰਤੀ ਤੇ ਲਿਟਣ ਵਾਲੀ, ਧਰਤੀ ਤੇ ਰੁਲਣ ਵਾਲੀ ਵੇਲ ਜਦੋਂ ਉੱਚੇ ਦਰਖਤ ਦੇ ਨਾਲ ਲੱਗੀ ਤੇ ਓਨੀ ਉੱਚੀ ਚੜ੍ਹ ਜਾਂਦੀ। ਬੜਾ ਸੋਹਣਾ ਪ੍ਰਮਾਣ ਦਿੱਤਾ ਪ੍ਰਿੰਸੀਪਲ ਗੰਗਾ ਸਿੰਘ ਜੀ, ਲਿਖਦੇ ਬੈਠੀਏ ਪਾਸ ਬਟਨ ਕੇ, ਹੋਤ ਬਟਨ ਸਿਓ ਮੇਲ, ਸਭੀ ਜਾਣਤ ਕੇ ਬੜਤ ਹੈ ਬਿਰਖ ਬਰਾਬਰ ਬੇਲ। ਸਾਰੀ ਦੁਨੀਆਂ ਜਾਣਦੀ ਪ੍ਰਿੰਸੀਪਲ ਸਾਹਿਬ ਲਿਖਦੇ। ਸੰਗਤ ਦਾ ਅਸਰ ਐਸਾ ਹੈ, ਇਸ ਕਰਕੇ ਫਿਰ ਕਬੀਰ ਸਾਹਿਬ ਨੇ ਲਿਖ ਦਿੱਤਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਆ ਸੰਗਤ ਦਾ ਅਸਰ, ਤੇ ਜਿੱਥੇ ਚੰਗੀ ਸੰਗਤ ਹੈ ਉੱਥੇ ਮਾੜੀ ਸੰਗਤ ਵੀ ਹੈ ਜੀ, ਤੇ ਮਾੜੀ ਸੰਗਤ ਤੋਂ ਬਚ ਕੇ ਕਿੱਦਾਂ ਰਹਿਣਾ ਚਾਹੀਦਾ ਹੈ। ਸੌ ਸਾਖੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸੋਹਣਾ ਬਚਨ ਆਉਂਦਾ ਹੈ, ਕੋਈ ਮਨਮੁਖ ਕੋਈ ਮਸੰਦ ਹੇ ਸੱਚੇ ਪਾਤਸ਼ਾਹ ਬਚਨ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੇ ਮਸੰਦ ਆਉਂਦਾ ਹੋਵੇ ਤੇ ਮੱਥੇ ਨਾ ਲੱਗਿਆ ਕਰੋ, ਜੇ ਕੋਈ ਮਨਮੁਖ ਆਉਂਦਾ ਹੋਵੇ ਉਹਦੀ ਸੰਗਤ ਨਾ ਕਰਿਆ ਕਰੋ। ਤੇ ਪੁੱਛਿਆ ਮਹਾਰਾਜ ਜੀ, ਜੇ ਦੂਸਰੇ ਬੰਨੇ ਕੋਈ ਸ਼ੇਰ ਤੁਰਿਆ ਆਉਂਦਾ ਹੋਵੇ, ਹਾਥੀ ਤੁਰਿਆ ਆਉਂਦਾ ਹੋਵੇ, ਤੇ ਇੱਕ ਬੰਨੇ ਮਸੰਦ ਤੁਰਿਆ ਆਉਂਦਾ ਹੋਵੇ, ਮਨਮੁਖ ਤੁਰਿਆ ਆਉਂਦਾ ਹੋਵੇ, ਫਿਰ ਦੋਵਾਂ ਚੋਂ ਕਿਹੜੇ ਬੰਨੇ ਹੋਈਏ? ਮਹਾਰਾਜ ਕਹਿੰਦੇ ਜਿੱਧਰ ਹਾਥੀ ਹੁੰਦਾ ਉਸ ਬੰਨੇ ਹੋ ਜਾਓ, ਮਰ ਜਾਓ, ਪਰ ਮਾੜੇ ਬੰਦੇ ਦੀ ਸੰਗਤ ਨਾ ਕਰਿਓ। ਸੌ ਸਾਖੀ ਚ ਦਸਵੇਂ ਪਾਤਸ਼ਾਹ ਲਿਖਦੇ। ਪੁੱਛਿਆ ਹਜ਼ੂਰ ਕਿਉਂ? ਉਹ ਕਹਿੰਦੇ ਇਹਨੇ ਤੇ ਤੈਨੂੰ ਇੱਕ ਜਨਮ ਮਾਰਨਾ, ਮਨਮੁਖ ਦੀ ਸੰਗਤ ਨੇ ਸੈਂਕੜੇ ਜਨਮ ਤੈਨੂੰ ਮਾਰਨਾ। ਮਨਮੁਖ ਨੇ ਤੇ ਪਤਾ ਨੀ ਕਿੰਨੇ ਤੇਰੇ ਜਨਮ ਭ੍ਰਿਸ਼ਟ ਕਰ ਜਾਣੇ।
ਤਾਂ ਬੜਾ ਸੋਹਣਾ ਨੀਤੀ ਦੇ ਵਿੱਚ ਬਚਨ ਲਿਖਿਆ, ਸਿੰਘਨ ਕੇ ਬਨ ਮੈਂ ਬਸੀਏ ਤਸੀਏ। ਸ਼ੇਰਾਂ ਦੇ ਜੰਗਲ ਵਿੱਚ ਜਾ ਕੇ ਰਹਿ ਪਈ, ਪਰ ਮੂਰਖ ਦੀ ਸੰਗਤ ਨਾ ਕਰੀ, ਮਾੜੇ ਬੰਦੇ ਦੀ ਸੰਗਤ ਨਾ। ਕਰਮ ਬਿਛੂਆ ਗਹਿ ਲੀਜੇ, ਹੱਥ ਦੇ ਵਿੱਚ ਬਿੱਛੂ ਫੜ ਲਈ, ਪਰ ਮਾੜੇ ਬੰਦੇ ਦੀ ਸੰਗਤ ਨਾ ਕਰੀ। ਕਾਨ ਖਜੂਰਾ ਪ੍ਰਵੇਸ਼ ਕਰਾਏ ਜੇ, ਸਾਂਭ ਕੇ ਮੁੱਖ ਮੈਂ ਉਂਗਰੀ ਦੀਜੇ। ਕੰਨ ਚ ਕੰਨ ਖਜੂਰਾ ਧਸਦਾ ਵਾ, ਧਸਿਆ ਜਾਵੇ ਜਾਂਦਾ ਜਾਵੇ, ਸੱਪ ਦੇ ਮੂੰਹ ਚ ਹੱਥ ਪਾਉਣਾ ਪੈ ਜੇ ਪਾਲੀ, ਪਰ ਮਾੜੇ ਬੰਦੇ ਦੀ ਮਨਮੁੱਖ ਦੀ ਨਗੁਰੇ ਦੀ ਸੰਗਤ ਨਾ ਕਰੀ ਬਈ। ਗਿਰਤੇ ਗਿਰੀਏ ਅੱਗ ਮੈਂ ਜਰੀਏ, ਔਰ ਆਰੀ ਕੇ ਘਾਵ ਅਨੇਕ ਸਹੀਚੇ। ਪਹਾੜ ਤੋਂ ਛਾਲ ਮਾਰਨੀ ਪੈ ਜੇ ਮਾਰਦੀ, ਇਹ ਤੋਂ ਵੱਡੀ ਹੁਣ ਕੀ ਲਾਂਤ ਹੋ ਸਕਦੀ ਧਰਮ ਦੇ ਸ਼ਬਦਾਂ ਚ। ਪਹਾੜ ਤੋਂ ਛਾਲ ਮਾਰਨੀ ਪੈ ਜੇ ਮਾਰਦੀ, ਅੱਗ ਚ ਸੜਨਾ ਪੈ ਜੇ ਸੜ ਜੀ, ਆਰੇ ਨਾਲ ਤੈਨੂੰ ਜਿਉਂਦੇ ਨੂੰ ਚੀਰ ਦੇਣ, ਚਰਵਾ ਲਈ ਪਰ ਮਾੜੇ ਬੰਦੇ ਦੀ ਸੰਗਤ ਨਾ ਕਰ। ਏਤੇ ਤੋਂ ਕਨ ਅਨੰਤ ਕਸ਼ਟ ਸਹੋ, ਪਰ ਮੂਰਖ ਮੀਤ ਕੋ ਸੰਗ ਨਾ ਕੀਜੇ। ਔਰ ਮੂਰਖ ਦਾ ਜਿਹਨੇ ਮੂੰਹ ਹੀ ਅੱਗੇ ਰੱਖ ਛੱਡਿਆ ਵਾ, ਗੁਰੂ ਦਾ ਬਚਨ ਨਹੀਂ ਮੰਨਣਾ, ਸੰਤਾਂ ਦੇ ਆਖੇ ਨਹੀਂ ਲੱਗਣਾ, ਸੰਗਤ ਚ ਬਹਿਣਾ ਨਹੀਂ, ਨਾਮ ਜਪਣਾ ਨਹੀਂ, ਸੇਵਾ ਕਰਨੀ ਨਹੀਂ, ਇਹੋ ਜਿਹੇ ਬੰਦੇ ਦਾ ਭੁੱਲ ਕੇ ਵੀ ਸੰਗ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ। ਤਾਂ ਸੰਗਤ ਹੈ ਜੀ ਦੋ ਤਰ੍ਹਾਂ ਦੀ, ਇੱਕ ਤੇ ਹੈ ਉੱਤਮ ਕਿਤਾਬਾਂ ਦੀ ਸੰਗਤ, ਦੂਸਰੀ ਹੈ ਮਹਾਤਮਾ ਦੀ ਸੰਗਤ। ਅੱਜ ਕੱਲ੍ਹ ਪ੍ਰਿੰਟਿੰਗ ਦੀ ਸਹੂਲਤ ਆ, ਬੜਾ ਸਾਹਿਤ ਛਪਿਆ ਬੜਾ ਸੌਖਾ ਹੀ ਮਿਲ ਜਾਂਦਾ ਹੈ। ਅੱਗੇ ਤੇ ਪੜ੍ਹਨਾ ਪੈਂਦਾ ਸੀ, ਹੁਣ ਤਾਂ ਆਡੀਓ ਬੁੱਕਾਂ ਆ ਗਈਆਂ, ਤੁਰੇ ਫਿਰਦੇ ਸੁਣੀ ਚੱਲੋ, ਬਸ ਉਹਨਾਂ ਬੋਲ ਕੇ ਭਰਤ ਗਿਆ ਸਾਰੀਆਂ, ਹੁਣ ਤਾਂ ਪੜ੍ਹਦੀ ਵੀ ਲੋੜ ਨਹੀਂ ਰਹਿ ਗਈ। ਚੰਗੀਆਂ ਕਿਤਾਬਾਂ ਅੰਮ੍ਰਿਤ ਦਾ ਕੰਮ ਕਰਦੀਆਂ, ਤੇ ਨਾਲ ਇਹ ਵੀ ਆ ਵੀ ਮਾੜੀਆਂ ਕਿਤਾਬਾਂ ਜ਼ਹਿਰ ਦਾ ਕੰਮ ਕਰਦੀਆਂ। ਚੋਣ ਬੜੀ ਸਾਵਧਾਨੀ ਨਾਲ ਕਰਨੀ ਪਊਗੀ, ਜਿੱਥੇ ਚੰਗੀਆਂ ਕਿਤਾਬਾਂ ਸੌਖੀਆਂ ਮਿਲ ਜਾਂਦੀਆਂ ਨੇ, ਉੱਥੇ 90% ਗਲਤ ਕਿਤਾਬਾਂ ਵੀ ਛਪੀਆਂ ਨੇ, ਜਿਹੜੀਆਂ ਤੈਨੂੰ ਨਾਸਤਕ ਕਰ ਦੇਣਗੀਆਂ, ਬੇਮੁੱਖ ਕਰ ਦੇਣਗੀਆਂ, ਮਨਮੁੱਖ ਕਰ ਦੇਣਗੀਆਂ, ਇਹੋ ਜਿਹੇ ਤੈਨੂੰ ਤਰਕ ਦੇਣਗੀਆਂ ਜਿਸ ਅੱਗੇ ਤੇਰੀ ਬੁੱਧੀ ਨੂੰ ਝੁਕਣਾ ਪੈ ਜਾਊਗਾ, ਤੂੰ ਚਕਰਾ ਜਾਵੇਂਗਾ ਵੀ ਠੀਕ ਲਿਖਿਆ ਇਹਨਾਂ। ਵੈਸੇ ਜਿਹੜੀ ਕਿਤਾਬਾਂ ਦੀ ਸੰਗਤ ਆ ਨਾ, ਗੁੱਸਾ ਨਾ ਕਰਿਓ, ਇਹ ਕਈ ਵਾਰੀ ਮਹਾਤਮਾ ਦੀ ਸੰਗਤ ਤੋਂ ਵੀ ਕੁਝ ਫਾਇਦਾ ਜ਼ਿਆਦਾ ਕਰ ਜਾਂਦੀ ਹੈ, ਕਿਸੇ ਹੱਦ 'ਚ, ਕਿਸੇ ਪੁਆਇੰਟ 'ਚ, ਹਰ ਪੁਆਇੰਟ 'ਚ ਨਹੀਂ ਕਰਦੀ। ਕਿਉਂ ਕਿਤਾਬ 'ਚ ਤੁਹਾਨੂੰ ਗੁਣ ਹੀ ਗੁਣ ਲੱਭਣੇ ਆ, ਜਿੰਨੇ ਵੀ ਲਿਖੇ ਆਪਦੇ ਗੁਣ ਹੀ ਲਿਖਣੇ, ਤੇ ਫਿਰ ਕਿਤਾਬ ਦੇ ਵਿੱਚ ਤੁਹਾਨੂੰ 300 ਸਾਲ ਪਹਿਲੇ ਗੁਰਸਿੱਖ ਵੀ ਦਿਖਣਗੇ, ਜਿਨ੍ਹਾਂ ਦੇ ਜੀਵਨ ਦਿਖਣਗੇ, ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਹੋਣਗੇ, ਸਾਰਿਆਂ ਬੜੇ ਬੜੇ ਉੱਚ ਕੋਟੀ ਦੇ ਮਹਾਤਮਾ ਦੇ ਦਰਸ਼ਨ ਹੋਣਗੇ। ਬਸ ਕਿਤਾਬ ਦੇ ਵਿੱਚ ਕਸੂਰ ਇੱਕ ਹੀ ਆ ਵੀ ਇਹ ਆਤਮਕ ਹੁਲਾਰਾ ਨਹੀਂ ਪੈਦਾ ਕਰ ਦਿੰਦੀ, ਇਹ ਬੁੱਧੀ 'ਚ ਗਿਆਨ ਬੜਾ ਦੇ ਦਿੰਦੀ, ਨੌਲੇਜ ਬੜਾ ਦੇ ਦਿੰਦੀ, ਪਰ ਜਿਹੜੀ ਬੁੱਧੀ ਤੋਂ ਵੀ ਅੱਗੇ ਬੈਠੀ ਆਤਮਾ ਵਾਂ, ਉਹਨੂੰ ਨਹੀਂ ਇਹ ਟੁੰਬਦੀ, ਉਹਨੂੰ ਨਹੀਂ ਹਿਲਾਉਂਦੀ। ਇਸ ਕਰਕੇ ਤੁਸੀਂ ਜਿੰਨੇ ਇੱਥੇ ਬੈਠੇ ਗੁਰਮੁਖ ਪਿਆਰੇ, ਜੇ ਕਿਸੇ ਨੂੰ ਕਹੀਏ ਵੀ ਰੱਬ ਤੇ ਬੋਲੋ, ਤੁਸੀਂ ਸਾਰੇ ਵਧੀਆ ਬੋਲ ਪੈਣਾ। ਜੇ ਤੁਹਾਨੂੰ ਕਹੋ ਵੀ ਕਾਮ ਕਰੋ ਤੇ ਬੋਲੋ, ਤੁਸੀਂ ਵਧੀਆ ਬੋਲ ਪੈਣਾ।
ਜੇ ਕਿਸੇ ਕਥਾ ਵਾਚਕ ਨੂੰ ਕਹੋ ਵੀ ਤੂੰ ਸਿਰ ਤਲੀ ਤੇ ਰੱਖਣ ਤੇ ਬੋਲ, ਉਹਨੇ ਵਧੀਆ ਬੋਲ ਪੈਣਾ। ਪਰ ਜਦੋਂ ਪ੍ਰੈਕਟੀਕਲ ਦੀ ਵਾਰੀ ਆਈ ਉਦੋਂ ਸਿਰ ਤਲੀ ਤੇ ਰੱਖ ਕੇ ਤੇ ਮੈਂ ਵੀ ਕਥਾ ਕਰ ਲੂੰਗਾ ਇੱਕ ਘੰਟਾ ਵੀ ਇਹਦੀ ਵਿਆਖਿਆ ਕੀ ਆ, ਤੇ ਜਿੱਦਣ ਰੱਖਣ ਦੀ ਵਾਰੀ ਆਈ ਉਦੋਂ ਧਰਮ ਦੀ ਵਿਆਖਿਆ ਤੇ ਸਾਰੇ ਕਰ ਲੈਣਗੇ, ਪਰ ਜਦੋਂ ਕੋਈ ਲੋਭ ਵਾਲੀ ਵਸਤੂ ਵੇਖੀ ਤੇ ਅੰਦਰ ਲੋਭ ਪੈਦਾ ਹੋ ਗਿਆ, ਉਦੋਂ ਕੋਈ ਕਾਮ ਵਾਲੀ ਵਸਤੂ ਨੇ ਕਾਮ ਪੈਦਾ ਕਰ ਦਿੱਤਾ। ਨੌਲੇਜ ਬੜੀ ਆ ਪਰ ਨੌਲੇਜ ਆਤਮਾ ਨੂੰ ਕੁਝ ਨਹੀਂ ਕਰਦੀ। ਭੁਲੇਖਾ ਪੈ ਜਾਂਦਾ ਵੀ ਸ਼ਾਇਦ ਮੇਰੀ ਆਤਮਾ ਨੂੰ ਉੱਚਾ ਚੁੱਕਦੀ ਹੈ, ਬੁੱਧੀ ਤੱਕ ਹੀ ਸੀਮਤ ਹੁੰਦਾ ਵਾ ਵੀ ਤੇਰੀ ਜਰਨਲ ਨੌਲੇਜ ਬਹੁਤ ਆ, ਤੈਨੂੰ ਮੈਂ ਜੋ ਪੁੱਛਦਾ ਤੂੰ ਜਵਾਬ ਦੇਈ ਜਾਣਾ, ਵਾ ਠੀਕ ਆ ਦੇਈ ਜਾ। ਪਰ ਜਿੱਥੇ ਅਮਲਾਂ ਦੀ ਗੱਲ ਆਊਗੀ, ਪ੍ਰੈਕਟੀਕਲ ਦੀ ਗੱਲ ਆਊਗੀ, ਉੱਥੇ ਫਿਰ ਮਹਾਤਮਾ ਬੈਠੇਗਾ, ਉੱਥੇ ਗੁਰਸਿੱਖ ਬੈਠੇਗਾ ਜਿਹੜਾ ਨਾਮ ਜਪਦਾ ਹੈ, ਜਿਹੜਾ ਅਭਿਆਸ ਕਰਦਾ ਹੈ। ਤੁਸੀਂ ਰੋਜ਼ 7 ਤੋਂ 8 ਜੁੜਦੇ ਹੋ, ਜਿਹੜਾ ਕੁਝ ਕਰਦਾ ਹੈ ਪ੍ਰੈਕਟੀਕਲ ਅਮਲਾਂ ਦੇ ਵਿੱਚ ਜਿਹਦੇ ਹੈ ਉਹਦੀ ਗੱਲ ਚੱਲੇਗੀ। ਉੱਥੇ ਦੂਸਰੀ ਸੰਗਤ ਆ ਜਾਂਦੀ ਹੈ ਮਹਾਤਮਾ ਦੀ ਸੰਗਤ। ਕਿਤਾਬਾਂ ਦੇ ਵਿੱਚ ਕਸੂਰ ਇਹ ਇੰਨਾ ਕੀ ਹੈ ਵੀ ਇਹ ਰਾਹ ਨਹੀਂ ਦੱਸਦੀਆਂ, ਆਪ ਲੱਭਣਾ ਪੈਂਦਾ। ਜਿਹੋ ਜਿਹੀ ਕਿਸੇ ਦੀ ਅਵਸਥਾ ਉੱਦਾਂ ਦੀ ਖੋਜ ਆਪ ਕਰਨੀ ਪਊਗੀ, ਨਹੀਂ ਤੇ ਪਤਾ ਨਹੀਂ ਲੱਗੂਗਾ ਕੁਝ। ਮਹਾਤਮਾ ਦਾ ਫਾਇਦਾ ਇਹ ਹੈ ਵੀ ਉਹ ਜਿੱਦਾਂ ਦੀ ਕਿਸੇ ਦੀ ਅਵਸਥਾ ਉੱਦਾਂ ਦਾ ਦੇਖ ਕੇ ਉਹਨੇ ਉੱਦਾਂ ਦਾ ਉਪਦੇਸ਼ ਕਰ ਦੇਣਾ ਵੀ ਇਸ ਕਲਾਸ ਦਾ ਬੰਦਾ ਇੰਨਾ ਕੀ ਬੜਾ ਹੈ। ਇਕੱਲੀ ਕਿਤਾਬ ਜਿਹੜੀ ਉਹ ਭੰਬਲ ਭੂਸੇ 'ਚ ਪਾ ਦਿੰਦੀ ਹੈ ਵੀ ਆਹ ਵੀ ਕਰਾਂ, ਆਹ ਵੀ ਕਰਾਂ, ਨਾ ਕਰਾਂ, ਸਭ ਕੁਝ ਹੀ ਪਤਾ ਹੈ ਮੈਨੂੰ। ਜਿਵੇਂ ਇੱਕ ਬੜੇ ਵੱਡੇ ਵਿਦਵਾਨ ਹੋਏ ਨੇ ਸੀ ਲੈਨੀਅਨ, ਉਹਨੇ ਬੜੀ ਸੋਹਣੀ ਗੱਲ ਲਿਖੀ ਹੈ। ਉਹ ਕਹਿੰਦਾ ਗਿਆਨ ਦਾ ਤੇ ਅਨੁਭਵ ਦਾ ਇੰਨਾ ਫਰਕ ਆ ਜਿਵੇਂ ਜ਼ਮੀਨ ਦਾ ਤੇ ਅਸਮਾਨ ਦਾ। ਕੱਲ ਵੀ ਬੇਨਤੀ ਕੀਤੀ ਸੀ ਨਾ ਵੀ ਆਮ ਕਥਾ ਵਾਚਕ ਦੀ ਕਥਾ ਤੇ ਜਦੋਂ ਕੋਈ ਸਾਧੂ ਬੋਲੇ ਤੇ ਮਹਾਰਾਜ ਕਹਿਣ ਅਮਿਓ ਚੱਲੇ ਚਰਨੇ ਜੀ, ਉਦੋਂ ਕਥਾ ਨਹੀਂ, ਉਦੋਂ ਕਥਨ ਨਹੀਂ, ਉਦੋਂ ਬੋਲਣਾ ਨਹੀਂ, ਉਦੋਂ ਅੰਮ੍ਰਿਤ ਵਰਤਾ ਹੈ। ਉਹ ਲਿਖਦੇ ਵੀ ਗਿਆਨ ਦਾ ਤੇ ਅਨੁਭਵ ਦਾ ਜ਼ਮੀਨ ਤੇ ਅਸਮਾਨ ਦਾ ਫਰਕ, ਜਿਵੇਂ ਇਹ ਦੋ ਇਕੱਠੇ ਨਹੀਂ ਹੋ ਸਕਦੇ। ਸੱਜਣਾ ਗਿਆਨਵਾਨ ਉੱਥੇ ਬੈਠਾ ਤੇ ਪ੍ਰੈਕਟੀਕਲ ਜਿਹਨੇ ਅਮਲ ਕਰ ਲਿਆ ਉੱਥੇ ਬੈਠਾ, ਉਹ ਉੱਥੇ ਵਿਰਾਜਦਾ ਪਿਆ। ਇੱਕ ਹੋਰ ਵਿਦਵਾਨ ਹੋਏ ਨੇ, ਬੜੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ, ਉਹਨਾਂ ਨੇ ਇੱਕ ਪੁਸਤਕ ਲਿਖੀ ਸੀ। ਉਹਦੇ ਵਿੱਚ ਉਹ ਲਿਖਦੇ ਵੀ ਗਿਆਨ ਦੇ ਵਿੱਚ ਕਾਰਨ ਤੇ ਕਰਤਾ ਵੱਖਰੇ ਵੱਖਰੇ ਹੁੰਦੇ, ਮੈਨੇ ਰੱਬ ਤੇ ਬੰਦਾ ਵੱਖਰੇ ਹੁੰਦੇ, ਕਾਰਨ ਤੇ ਕਰਤਾ ਵੱਖਰੇ ਹੁੰਦੇ, ਤੇ ਅਨੁਭਵ ਦੇ ਵਿੱਚ ਕਰਤਾ ਤੇ ਕਾਰਨ ਦੋਵੇਂ ਹੀ ਇੱਕ ਹੁੰਦੇ। ਹੁਣ ਕੱਲ ਦੀ ਬੇਨਤੀ ਦਿਖਾਵਾਂ, ਫਿਲਾਸਫਰ ਦੀ ਕਥਾ ਤੇ ਮਹਾਤਮਾ ਦੀ ਕਥਾ ਦਾ ਇਹੀ ਫਰਕ ਆ ਵੀ ਫਿਲਾਸਫਰ ਰੱਬ ਨੂੰ ਵੇਖਿਆ ਨਹੀਂ, ਉਹਨੇ ਰੱਬ ਨੂੰ ਆਪਣੀ ਅਕਲ ਦੇ ਨਾਲ ਸਮਝ ਕੇ ਵਿਖਿਆਨ ਕਰਦਾ ਪਿਆ। ਜਿਵੇਂ ਮਹਾਤਮਾ ਬੁੱਧ ਪਾਸ ਪ੍ਰਸ਼ਨ ਕੀਤਾ ਸੀ ਨਾ ਕਿਸੇ ਨੇ ਵੀ ਰੱਬ ਦੀ ਵਿਆਖਿਆ ਕਰੋ ਜੀ, ਰੱਬ ਬਾਰੇ ਦੱਸੋ ਵੀ ਫਲਾਨਾ ਪੰਡਿਤ ਆਹ ਕਹਿੰਦਾ ਵਾ, ਫਲਾਨਾ ਆਹ ਕਹਿੰਦਾ ਵਾ, ਨਿਆਂ ਵਾਲਾ, ਮੀਮਾਂਸਾ ਵਾਲਾ, ਯੋਗੀ ਪਤੰਜਲੀ ਜੀ, ਮਹਾਰਾਜ ਜੀ ਆਹ ਕਹਿੰਦੇ, ਦੂਜੇ ਆਹ ਕਹਿੰਦੇ।
ਉਹਨਾਂ ਨੇ ਆਖਿਆ ਵੀ ਇੱਕ ਤੁਸੀਂ ਸਾਖੀ ਸੁਣੀ ਆ, ਗਾਥਾ ਸੁਣੀ, ਕਹਿੰਦੇ ਜੀ ਕਿਹੜੀ? ਕਹਿੰਦੇ ਚਾਰ ਅੰਨੇ ਸੀ ਤੇ ਉੱਥੇ ਲਿਆ ਕੇ ਨਾ ਹਾਥੀ ਖੜਾ ਕਰਤਾ। ਪਹਿਲੇ ਨੇ ਹੱਥ ਲਾ ਕੇ ਉਹਨੂੰ ਪੁੱਛਿਆ ਵੀ ਤੇਰੀ ਚਮੜੀ ਨੇ, ਸਪਰਸ਼ ਨੇ ਕੀ ਮਹਿਸੂਸ ਕੀਤਾ? ਕਹਿੰਦਾ ਜੀ ਉਹਦਾ ਹੱਥ ਲੱਗਾ ਸੀ ਢਿੱਡ ਨੂੰ, ਕਹਿੰਦਾ ਜੀ ਕੰਧ। ਦੂਸਰੇ ਦਾ ਪੈਰਾਂ ਨੂੰ ਲਵਾਇਆ, ਉਹ ਕਹਿੰਦੇ ਵੀ ਕੀ ਆ? ਉਹ ਕਹਿੰਦਾ ਜੀ ਥੰਮ ਆ, ਪਿੱਲਰ ਆ। ਪੂਛ ਨੂੰ ਲਵਾਇਆ ਜੀ ਰੱਸੀ ਆ, ਕੰਨਾਂ ਨੂੰ ਲਵਾਇਆ ਜੀ ਟੋਕਰਾ ਵਾ। ਤੇ ਜਦੋਂ ਰੋਸ਼ਨੀ ਆਈ ਤੇ ਨੇਤਰਾਂ ਵਾਲਾ ਆਇਆ, ਉਹਨੇ ਆਖਿਆ ਮੂਰਖੋ ਹਾਥੀ ਆ। ਜਿਹੜਾ ਅਕਲ ਦੇ ਨਾਲ ਵੇਖਣਾ ਵਾ ਉਹ ਰੱਬ ਦੀ ਵਿਆਖਿਆ ਇੱਥੇ ਕੀ ਆ ਬਸ। ਹੁਣ ਜਿਹਨੇ ਵੇਖ ਲਿਆ ਅਸਲ ਦੇ ਵਿੱਚ, ਸਮਝਾਉਣਾ ਉੱਥੇ ਪੈਂਦਾ, ਦਲੀਲ ਉੱਥੇ ਦੇਣੀ ਪੈਂਦੀ ਆ ਜਿੱਥੇ ਵਸਤੂ ਦੂਰ ਹੋਵੇ ਤੇ ਦੇਖੀ ਨਾ ਹੋਵੇ। ਗੁਰਦੁਆਰੇ ਦਾ ਐਡਰੈਸ ਕਿਸੇ ਨੂੰ ਪੁੱਛਿਆ ਕਿੱਥੇ ਗੁਰਦੁਆਰਾ, ਉਹ ਜੀ ਫਲਾਨੀ ਜਗ੍ਹਾ, ਉੱਥੋਂ ਮੁੜ ਜਿਓ, ਇੱਧਰ ਮੁੜ ਜਿਓ, ਉੱਧਰ ਮੁੜ ਜਿਓ। ਜਦੋਂ ਸਾਹਮਣੇ ਹੀ ਮੈਂ ਆ ਗਿਆ ਫੇਰ ਮੈਨੂੰ ਪੁੱਛਣ ਦੀ ਲੋੜ? ਤਾਂ ਮਹਾਤਮਾ ਉਹ ਆ ਜਿਹਨੇ ਰੱਬ ਨੂੰ ਅੱਖਾਂ ਨਾਲ ਵੇਖਿਆ, ਇਸ ਕਰਕੇ ਉਹਨੂੰ ਦਲੀਲ ਦੀ ਲੋੜ ਨਹੀਂ ਆ। ਉਹਦੀ ਕਥਾ ਦਿਲ ਚੋਂ ਨਿਕਲਦੀ ਤੇ ਦਿਲ ਨੂੰ ਚੀਰਦੀ ਆ। ਫਿਲੋਸਫਰ ਦੀ ਕਥਾ ਦਿਮਾਗ ਚੋਂ ਨਿਕਲਦੀ ਆ, ਬੁੱਧੀ ਚੋਂ ਨਿਕਲਦੀ ਆ ਤੇ ਦਿਮਾਗ ਨੂੰ ਤੇ ਚੰਗਾ ਤੰਦਰੁਸਤ ਕਰ ਦਿੰਦੀ ਦਲੀਲਾਂ ਦੇ ਨਾਲ, ਨੌਲੇਜ ਦੇ ਨਾਲ, ਪਰ ਹੁੰਦਾ ਅੱਗੇ ਕੱਖ ਨਹੀਂ। ਇਸ ਕਰਕੇ ਜੇ ਤਾਂ ਹੁਣ ਸਿਆਪਾ ਇਹ ਆ ਵੀ ਮਹਾਤਮਾ ਲੱਭੇ ਕਿਹੜਾ, ਕਿਉਂ ਜਿਹੜੇ ਮਸ਼ਹੂਰੀ ਕਰਾਉਣਾ ਚਾਹੁੰਦੇ ਆ ਉਹ ਅਸਲ ਨਹੀਂ ਆ, ਜਿਹੜੇ ਅਸਲ ਆ ਉਹ ਮਸ਼ਹੂਰੀ ਕਰਾ ਕੇ ਰਾਜੀ ਨਹੀਂ। ਇੰਨੀ ਹਿੰਮਤ ਕਿਹੜਾ ਕਰੂ ਵੀ ਇਹਨਾਂ ਨੂੰ ਲੱਭਦਾ ਰਹੂਗਾ? ਇਸ ਕਰਕੇ ਲੋਕ ਪਖੰਡੀਆਂ ਦੇ ਧੱਕੇ ਚੜ੍ਹਦੇ ਆ ਤੇ ਆਪਣੀ ਆਤਮਾ ਤੇ ਲਟਾਉਂਦੇ ਹੀ ਲਟਾਉਂਦੇ, ਪੈਸਾ ਵੀ ਲਟਾ ਬਹਿੰਦੇ, ਤਨ ਮਨ ਵੀ ਖਤਮ ਕਰ ਬਹਿੰਦੇ। ਤਾਂ ਮਹਾਰਾਜ ਜੀ ਨੂੰ ਫਿਰ ਇੱਥੇ ਬੇਨਤੀ ਕੀਤੀ, ਉਹਨਾਂ ਹੱਥ ਜੋੜ ਕੇ, ਮਹਾਰਾਜ ਸੱਚੇ ਪਾਤਸ਼ਾਹ ਚਾਰ ਵੇਦਾਂ ਦੇ ਪਾਠੀ ਆ, 27 ਸਿਮਰਤੀਆਂ ਦੇ ਗਿਆਤਾ ਵਾ, ਬ੍ਰਾਹਮਣ ਆ, ਸਿਮਰਤੀਆਂ ਤੇ ਸਾਡੀ ਜਾਨ, ਤੇ ਉਪਨਿਸ਼ਦਾਂ ਦੇ ਵਿਆਖਿਆਕਾਰ ਆ, ਵਿਦਿਆ ਦੇ ਧਨੀ ਆ, ਪਰ ਗਰੀਬ ਨਵਾਜ ਅਜੇ ਤੱਕ ਉਹ ਮਨ ਨੂੰ ਠੰਡ ਨਹੀਂ ਪਈ ਜਿਹੜੀ ਤੇਰੇ ਸੰਤਾਂ ਨੂੰ ਪੈਂਦੀ, ਜਿਹੜੀ ਗ੍ਰੰਥਾਂ ਵਿੱਚ ਲਿਖੀ ਆ। ਇਸ ਕਰਕੇ ਤੇਰੇ ਦਰ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਏ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ, ਆਓ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਨਾਮ ਅਭਿਆਸ ਵਿੱਚ ਜੁੜੀਏ। ਲੇਖੈ ਕਤੇ ਨਾ ਛੁੱਟੀਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਦਬ ਕਹੈ ਤੁਮ ਬੂਜਨ ਕੀਨਸ, ਕਾਂਸ਼ੀ ਬਸ ਹੈ ਤੀਰਪੁਰ ਗੰਗ, ਸੋ ਜਸ ਸੁਣਿਓ ਰਾਵਰ ਕੋ ਦੀਰਘ, ਦਰਸ਼ਨ ਹਿਤ ਆਏ ਦੁਖ ਭੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।